ਫਰਜੰਦ ਅਲੀ ਦਾ ਨੋਵਲ ਧਾੜਵੀ ਦਾ ਤੇਈ ਵਾਂਗ ਕਾਸਿਮ ਤੇ ਬੇਗਮ ਸਦਫ ਦੀ ਆਪਸੀ ਚੰਗੀ ਗੂੜੀ ਬਣ ਗਈ ਹੋਈ ਸੀ। ਕਾਸਿਮ ਹੁਣ ਬੇਗਮ ਨੂੰ ਕਿਸੇ ਪਾਸਿਓਂ ਵੀ ਉੱਪਰਾ ਨਹੀਂ ਸੀ ਲੱਗਦਾ। ਕਾਸਿਮ ਦੀ ਜਵਾਨੀ ਤੇ ਬੇਗਮ ਦੀ ਕਮਜ਼ੋਰੀ ਬਣੀ ਹੋਈ ਸੀ। ਬੁਸ਼ਰਾ ਦੀ ਤਰਤੀਬ ਨਾਲ ਕਾਇਮ ਨੂੰ ਕਾਸਿਮ ਨੂੰ ਆਪਣੀ ਜਵਾਨੀ ਨੂੰ ਫਾਇਦਾ ਲੈਣ ਦਾ ਵੱਲ ਆ ਗਿਆ ਹੋਇਆ ਸੀ। ਬੇਗਮ ਦੀ ਖਵਾਹਿਸ਼ ਉੱਤੇ ਹੀ ਕਾਸਿਮ ਨੂੰ ਡਰਾਈਵਰ ਵਰਦੀ ਦੀ ਬਜਾਏ ਨਵੇਂ ਦੌਰ ਦੇ ਨਵੇਂ ਬਾਣੇ ਪਾਣੇ ਸ਼ੁਰੂ ਕਰ ਦਿੱਤੇ, ਜਿਹੜੇ ਕਾਸਿਮ ਨੂੰ ਫੱਬਦੇ ਵੀ ਬਹੁਤ ਨੇ। ਸੇਠ ਦੀ ਕਮਜ਼ੋਰੀ ਬੁਸ਼ਰਾ ਦਾ ਹੁਸਨ ਸੀ। ਇੰਜ ਕਾਸਿਮ ਤੇ ਬੁਸ਼ਰਾ, ਬੇਗਮ ਤੇ ਸਦਫ ਰਹਿਮਾਨ ਦੋਵੇਂ ਆਪਣੀ ਆਪਣੀ ਥਾਂ ਰਾਜ਼ੀ ਸਨ। ਐਤਵਾਰ ਦਾ ਦਿਨ ਸੀ। ਬੁਸ਼ਰਾ ਤੇ ਕਾਸਿਮ ਕਾਰ ਲੈ ਕੇ ਆਪਣੀ ਬਸਤੀ ਨੂੰ ਤੁਰੇ। ਕੁਝ ਦਿਨਾਂ ਤੋਂ ਪਹਿਲਾਂ ਹੀ ਛੀਮਾ ਦੀ ਹੱਟੀ ਵਾਸਤੇ ਖਰੀਦਿਆ ਪਰਚੂਨ ਦਾ ਸਾਰਾ ਸਮਾਨ ਇੱਕ ਹੋਰ ਪਿਕਅਪ ਵਿੱਚ ਰੱਖਿਆ ਤੇ ਆਪਣੀ ਬਸਤੀ 'ਚ ਆਏ। ਬੁਸ਼ਰਾ ਤੇ ਕਾਸਿਮ ਦੇ ਨਵੇਂ ਦੌਰ ਦੇ ਬਾਣੇ ਦੇ ਉੱਤੋਂ ਸਾਫ਼ ਸੁਥਰਾ ਨਜ਼ਰ ਆਉਣਾ ਬਸਤੀ ਵਾਲਿਆਂ ਲਈ ਹੈਰਾਨੀ ਵਾਲੀ ਗੱਲ ਸੀ। ਕਾਸਿਮ ਜਦੋਂ ਦਾ ਬਸਤੀ 'ਚੋਂ ਚਲਾ ਗਿਆ ਸੀ ਤੇ ਅੱਜ ਬੁਸ਼ਰਾ ਨਾਲ ਪਹਿਲੀ ਵਾਰ ਪਿੰਡ ਆਇਆ। ਦੋਵੇਂ ਪਰਚੂਨ ਦਾ ਸਮਾਨ ਲੈ ਕੇ ਪਹਿਲੇ ਛੀਮੇ ਦੀ ਹੱਟੀ 'ਤੇ ਆਏ। ਛੀਮੇ ਨੂੰ ਸਮਾਨ ਦਿੱਤਾ, ਨਾਲ ਹੀ ਆਖਿਆ, ਮਿੱਤਰਾ ਤੇ ਦੋਵੇਂ ਪੁੱਤਰ ਵੀ ਇੱਥੇ ਛੀਮਾ ਦੇ ਬਾਂਹ ਬੇਲੀ ਬਣ ਕੇ ਕੰਮ ਕਰਨਗੇ ਤੇ ਇਹ ਸਮਾਨ ਉਧਾਰਾ ਮੁਫ਼ਤ ਨਹੀਂ, ਅਸੀਂ ਹੋਰ ਵੀ ਸਮਾਨ ਲਿਆ ਕੇ ਦੇਵਾਂਗੇ ਵੀ ਤਾਂ ਫਿਰ ਇਹ ਉਧਾਰੀ ਸਮਾਨ ਦੀ ਰਕਮ ਕਿਸ਼ਤਾਂ ਨਾਲ ਵਾਪਸ ਲਿੱਤੀ ਜਾਣੀ ਹੈ। ਫਿਰ ਇਸੇ ਰਕਮ ਨਾਲ ਕਿਸੇ ਦੂਜੇ ਦੀ ਮਦਦ ਕਰਕੇ ਇੱਕ ਲਹਿਰ ਅੱਗੇ ਤੁਰਦੀ ਜਾਏਗੀ। ਬੁਸ਼ਰਾ ਤੇ ਕਾਸਿਮ ਨੂੰ ਵੇਖਣ ਲਈ ਬਸਤੀ ਦੇ ਨਿੱਕੇ ਵੱਡੇ ਸਾਰੇ ਇਕੱਠੇ ਹੋ ਗਏ। ਮਲੂਕਾਂ ਵੀ ਆਈ ਤੇ ਹਬੀਬ ਵੀ ਆ ਗਿਆ। ਹਬੀਬ ਤਾਂ ਉੱਥੇ ਛੋਟੀ ਜਿਹੀ ਤਕਰੀਰ ਕਰਦਿਆਂ ਵੀ ਆਖਿਆ ਕਿ ਅਸੀਂ ਕਿਸੇ ਦਾ ਸਹਾਰਾ ਲੈਣ ਦੀ ਬਜਾਏ ਆਪ ਇੱਕ ਦੂਜੇ ਦਾ ਸਹਾਰਾ ਬਣਨਾ ਹੋਏਗਾ। ਕੋਈ ਕਿਸੇ ਦਾ ਹਮਦਰਦ ਨਹੀਂ ਹੁੰਦਾ, ਸਾਨੂੰ ਆਪ ਹੀ ਇੱਕ ਦੂਜੇ ਦਾ ਹਮਦਰਦ ਬਣਨਾ ਹੈ। ਜਿਵੇਂ ਕਿ ਸਿਆਣੇ ਆਖਦੇ ਨੇ, ਬੂੰਦ ਬੂੰਦ ਰਲ ਕੇ ਇੱਕ ਦਰਿਆ ਬਣ ਜਾਂਦੇ ਨੇ। ਤੇ ਇੰਜੀ ਜੇ ਅਸੀਂ ਸਾਰੇ ਰਲ ਕੇ ਟੁਰੀਏ ਤਾਂ ਸੁੱਕੇ ਦਰਿਆ ਨਾ ਸਿਰਫ ਭਰੇ ਜਾਣਗੇ ਸਗੋਂ ਇੱਕ ਲਹਿਰ ਉੱਠੇਗੀ, ਛੱਲ ਬਣ ਕੇ ਉਭਰੇਗੀ। ਛੱਲ ਹੀ ਹੁਸਨ ਹੈ, ਛੱਲ ਹੀ ਜੀਵਨ ਦਾ ਸਿੱਧਾ ਰਸਤਾ ਹੈ, ਰਿਸ਼ਤਾ ਹੈ। ਤਕਰੀਰ ਮਗਰੋਂ ਕਾਸਿਮ ਤੇ ਬੁਸ਼ਰਾ ਉੱਥੋਂ ਚਲੇ ਗਏ ਤੇ ਬੁਸ਼ਰਾ ਆਪਣੀ ਮਾਂ ਦੇ ਘਰ ਤੇ ਕਾਸਿਮ ਵੀ ਨਾਲ ਹੀ। ਛੁੱਟੀ ਵਾਲੇ ਦਿਨ ਦੀ ਵਜ੍ਹਾ ਤੋਂ ਮੁੰਡੇ ਕੁੜੀਆਂ ਅਜੇ ਹਬੀਬ ਦੁਆਲੇ ਇਕੱਠੇ ਖਲੋਤੇ ਸਨ। ਮਲੂਕਾਂ ਚੰਗੀ ਤਕਰੀਰ ਕਰਨ ਤੇ ਮੁਬਾਰਕਬਾਦ ਦਿੱਤੀ ਤੇ ਕਨੀਜ਼ਾ, ਹਨੀ, ਰੱਜੋ ਸੈਰ ਨੂੰ ਨਿਕਲੀਆਂ ਸਨ। ਇਕੱਠ ਵੇਖ ਕੇ ਦਰਕਾਰ ਲੈ ਆਈਆਂ। ਹਬੀਬ ਨੂੰ ਵੇਖ ਕੇ ਕਨੀਜ਼ਾ ਕੋਲੋਂ ਰਹਿਣਾ ਹੋਇਆ ਤੇ ਕਾਰ ਤੋਂ ਉੱਤਰ ਕੇ ਆਪ ਹੀ ਹਬੀਬ ਵੱਲ ਵਧੀ। ਇੱਕ ਕੁੜੀ ਨੂੰ ਪੁੱਛਿਆ, ਕੀ ਮਾਮਲਾ ਹੈ, ਲੋਕ ਕਿਉਂ ਇਕੱਠੇ ਹੋਏ ਨੇ? ਕਨੀਜ਼ਾ ਨੂੰ ਨੇੜੇ ਵੇਖ ਕੇ ਹਬੀਬ ਉਹਦੇ ਕੋਲ ਜਾ ਕੇ ਹਾਲ ਚਾਲ ਪੁੱਛਿਆ ਤੇ ਦੱਸਿਆ, ਕੋਈ ਖਾਸ ਗੱਲ ਨਹੀਂ, ਬਸ ਇੱਕ ਨਸ਼ਈ ਨੇ ਨਸ਼ਾ ਛੱਡ ਕੇ ਆਪਣੇ ਆਪ ਨਾਲ ਅਹਿਦ ਲਿਆ ਹੈ ਕਿ ਹੁਣ ਉਹ ਦੂਜੇ ਲੋਕਾਂ ਵਾਂਗ ਜੀਵਨ ਹੰਡਾਏਗਾ। ਗੁੱਡ, ਕਨੀਜ਼ਾ ਆਖਿਆ, ਇਹ ਤੇ ਬੜੀ ਖੁਸ਼ੀ ਦੀ ਖਬਰ ਹੈ। ਦੱਸ ਹਬੀਬ, ਮੈਂ ਉਹਦੇ ਲਈ ਕੀ ਕਰ ਸਕਦੀ ਹਾਂ? ਮੇਰਾ ਮਤਲਬ ਹੈ, ਉਹਦੀ ਮਦਦ ਕਿਸ ਤਰ੍ਹਾਂ ਕਰ ਸਕਦੀ ਹਾਂ? ਇੰਨੀ ਦੇਰ 'ਚ ਹਾਨੀ ਤੇ ਰੱਜੋ ਵੀ ਕਾਰ 'ਚੋਂ ਉੱਤਰ ਕੇ ਹਬੀਬ ਨੇ ਕਨੀਜ਼ਾ ਕੋਲ ਆ ਗਈਆਂ ਸਨ। ਉੱਥੇ ਇਕੱਠੇ ਹੋਏ ਲੋਕ ਬੜੀ ਹੈਰਾਨ ਤੇ ਦਿਲਚਸਪੀ ਨਾਲ ਹਬੀਬ ਤੇ ਕਨੀਜ਼ਾ ਦੀਆਂ ਗੱਲਾਂ ਸੁਣ ਰਹੇ ਸਨ। ਕਨੀਜ਼ਾ ਦੀ ਮਦਦ ਵਾਲੀ ਗੱਲ ਦੱਸ ਪਾਉਣ ਉੱਤੇ ਹਬੀਬ ਸ਼ੁਕਰੀਆ ਕਰਦਿਆਂ ਦੱਸਿਆ ਕਿ ਬਾਜੀ, ਬੁਸ਼ਰਾ ਤੇ ਕਾਸਿਮ ਛੀਮਾ ਦੀ ਪੂਰੀ ਮਦਦ ਕਰ ਰਹੇ ਨੇ। ਬਾਜੀ ਅੱਜ ਘਰ ਆਉਂਦਿਆਂ ਹੋਇਆਂ ਛੀਮਾ ਦੀ ਹੱਟੀ ਵਾਸਤੇ ਬਹੁਤ ਕੁਝ ਲੈ ਕੇ ਆਏ ਨੇ, ਉਸੇ ਸਮਾਨ ਆਉਣ ਦੀ ਖੁਸ਼ੀ 'ਚ ਹੀ ਸਾਰੇ ਅਸੀਂ ਇਕੱਠੇ ਹੋਏ ਹਾਂ। ਕਨੀਜ਼ਾ ਹਨੀ ਦਾ ਤਾਰਫ ਕਰਵਾਇਆ ਕਿ ਮੇਰੀ ਭਾਬੀ ਰੋਜ਼ੀਨਾ ਦੀ ਸਹੇਲੀ ਹੈ, ਸ਼ਹਿਰੀ ਜੰਪਾਲੇ ਤੇ ਪਿੰਡ ਵੇਖਣ ਆਈਏ ਤੇ ਹਬੀਬ ਜੀ ਆਇਆਂ ਨੂੰ ਆਖਿਆ ਤੇ ਥੋੜ੍ਹਾ ਸਿਰ ਝੁਕਾ ਕੇ ਸਲਾਮ ਆਖਿਆ। ਕਨੀਜ਼ਾ ਹਬੀਬ ਦਾ ਤਾਰਫ ਕਰਵਾਉਂਦਿਆਂ ਹਨੀ ਨੂੰ ਦੱਸਿਆ, ਇਹ ਹਬੀਬ ਯੂਨੀਵਰਸਿਟੀ 'ਚ ਪੜ੍ਹਦਾ ਹੈ, ਜਦੋਂ ਕਦੇ ਇਹਨੂੰ ਵਿਹਲਾ ਮਿਲ ਜਾਏ ਤਾਂ ਆਪਣੇ ਬਾਪ ਦੀਆਂ ਬੱਕਰੀਆਂ ਚਰਾਉਣ ਵੀ ਬਾਹਰ ਲੈ ਜਾਂਦਾ ਹੈ। ਵਾਹ ਵਾਹ, ਹਨੀ ਦੇ ਮੂੰਹੋਂ ਨਿਕਲਿਆ। ਕਨੀਜ਼ਾ ਹੋਰ ਦੱਸਿਆ ਕਿ ਇਹ ਨਿਹਰਾ ਸਟੂਡੈਂਟ ਜਾਂ ਗੱਡੇਰੀਆ ਹੀ ਨਹੀਂ, ਇੱਕ ਸੂਝਵਾਨ ਤੇ ਹਮਦਰਦੀ ਏ। ਹਨੀ ਬੜੀ ਮੁਤਾਸਰ ਲੱਗਦੀ ਸੀ। ਉਸ ਆਖਿਆ, ਹਬੀਬ ਜੀ, ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਹਬੀਬ ਤੇ ਕਨੀਜ਼ਾ ਨੂੰ ਮੁਸਕੁਰਾ ਮੁਸਕੁਰਾ ਕੇ ਗੱਲਾਂ ਕਰਦਿਆਂ ਵੇਖ ਕੇ ਮਲੂਕਾਂ ਨੂੰ ਚੰਗਾ ਨਹੀਂ ਲੱਗ ਰਿਹਾ। ਕਨੀਜ਼ਾ ਆਖਿਆ, ਹਬੀਬ, ਤੇਰੀ ਬਾਜੀ ਬੁਸ਼ਰਾ ਨੂੰ ਮਿਲਣ ਲਈ ਦਿਲ ਕਰਦਾ ਹੈ, ਤੂੰ ਸਾਨੂੰ ਉੱਥੇ ਲੈ ਜਾਏਂਗਾ? ਮੇਰਾ ਮਤਲਬ ਹੈ ਆਪਣੇ ਘਰ। ਹਨੀ ਬੁਸ਼ਰਾ ਨੂੰ ਮਿਲ ਕੇ ਬੜੀ ਖੁਸ਼ ਹੋਏਗੀ। ਹਬੀਬ ਆਖਿਆ, ਕਨੀਜ਼ਾ ਜੀ, ਇਸ ਬਸਤੀ 'ਚ ਐਸਾ ਕੋਈ ਘਰ ਨਹੀਂ ਜਿੱਥੇ ਤੁਸੀਂ ਨਹੀਂ ਜਾ ਸਕਦੇ। ਮੈਂ ਬਾਹਰ ਜਾ ਰਿਹਾ ਵਾਂ, ਆਪਣੇ ਅੱਬਾ ਦੀ ਥਾਂ ਬੱਕਰੀਆਂ ਨੂੰ ਸੰਭਾਲਣਾ, ਤੁਸੀਂ ਮਲੂਕਾਂ ਨੂੰ ਨਾਲ ਲੈ ਜਾਓ, ਮਲੂਕਾਂ ਦੀ ਵੀ ਲੋੜ ਹੈ ਤੇ ਕੋਈ ਨਹੀਂ, ਫਿਰ ਵੀ ਤੁਸੀਂ ਪਸੰਦ ਕਰੋ ਤਾਂ ਚਲੀ ਜਾਂਦੀ ਹੈ। ਕਿਉਂ, ਮਲੂਕਾਂ, ਤੈਨੂੰ ਕੋਈ ਇਤਰਾਜ਼ ਤੇ ਨਹੀਂ? ਨਹੀਂ, ਮਲੂਕਾ ਆਖਿਆ, ਮੈਨੂੰ ਕਾਹਦਾ ਇਤਰਾਜ਼ ਹੈ, ਮੈਂ ਆਪ ਬੁਸ਼ਰਾ ਬਾਜੀ ਨੂੰ ਮਿਲਣਾ ਚਾਹੁੰਦੀ ਹਾਂ। ਆਓ ਕਨੀਜ਼ਾ ਬੀਬੀ, ਕਾਰ ਇੱਥੇ ਖਲੋਤੀ ਰਹਿਣ ਦਿਓ, ਅੰਦਰ ਗਲੀ 'ਚ ਜਾਣਾ,
ਹਾਨੀ ਕਨੀਜ਼ਾ ਅਤੇ ਰੱਜੋ ਮਲੂਕਾ ਦੇ ਨਾਲ ਬੁਸ਼ਰਾ ਨੂੰ ਮਿਲਣ ਉਹਦੇ ਮਾਂ ਬਾਪ ਦੇ ਘਰ ਤੁਰ ਪਈਆਂ। ਅੰਗ 24 ਜਦੋਂ ਦੀ ਹਾਨੀ ਬੁਸ਼ਰਾ ਅਤੇ ਹਬੀਬ ਨੂੰ ਮਿਲ ਕੇ ਆਈ ਦੋਵੇਂ ਭੈਣ ਭਰਾਵਾਂ ਕੋਲੋਂ ਬੜੀ ਮੁਤਾਸਰ ਲੱਗਦੀ ਸੀ। ਉਹਨਾਂ ਦੇ ਖਿਆਲਾਤ ਅਤੇ ਜਜ਼ਬਾ ਵੇਖ ਕੇ ਸੋਚਣ ਲੱਗ ਪਈ ਕਿ ਅਸੀਂ ਸ਼ਹਿਰ ਵਾਲੇ ਆਮ ਲੋਕਾਂ ਕੋਲੋਂ ਕਿੰਨੇ ਦੂਰ ਹੁੰਦੇ ਜਾਂਦੇ ਹਾਂ। ਸ਼ਹਿਰ ਵਿੱਚ ਵੀ ਆਮ ਲੋਕ ਔਕੜਾਂ ਅਤੇ ਭੀੜਾਂ ਵਿੱਚ ਫਸੇ ਹੋਏ ਨੇ, ਪਰ ਸਾਡੇ ਪਿੰਡ ਦੀ ਲੁਕਾਈ ਤਾਂ ਅਸਲੋਂ ਹੀ ਪਛੜੀ ਹੋਈ ਹੈ। ਹਨੀ ਸੋਚਦੀ ਏ ਜੇ ਇੰਜੀ ਪਿੰਡ ਤੇ ਸ਼ਹਿਰ ਦਾ ਫਰਕ ਵੱਧਾ ਗਿਆ ਤੇ ਸ਼ਹਿਰ ਦੇ ਪਿੰਡ ਛੇਤੀ ਇੱਕ ਦੂਜੇ ਲਈ ਉੱਪਰੇ ਬਣ ਜਾਵਣਗੇ। ਇਸ ਗੱਲ ਦਾ ਖੌਫ ਵੀ ਤਾਂ ਬੁਸ਼ਰਾ ਨੇ ਦੱਸਿਆ ਸੀ ਤੇ ਦੋਵਾਂ ਭੈਣ ਭਰਾਵਾਂ ਦੀ ਗੁਫ਼ਤਗੂ ਖਰੀ ਤੇ ਮਾਨੀ ਸੀ। ਉਸ ਦਿਨ ਤੋਂ ਬਾਅਦ ਹਾਨੀ ਚੁੱਪ ਚਾਪ ਰਹਿਣ ਲੱਗ ਪਈ, ਰੋਜ਼ੀਨਾ ਨਾਲ ਵੀ ਘੱਟ ਹੀ ਗੱਲ ਕਰਦੀ। ਹਾਨੀ ਦੀ ਇਸ ਚੁੱਪ ਨੂੰ ਰੋਜ਼ੀਨਾ ਵੀ ਮਹਿਸੂਸ ਕੀਤਾ ਤੇ ਇੱਕ ਦਿਨ ਮੌਕਾ ਮਿਲਣ ਉੱਤੇ ਘੱਟ ਬੋਲਣ ਦਾ ਕਾਰਨ ਹਾਨੀ ਕੋਲੋਂ ਪੁੱਛ ਹੀ ਲਿਆ ਤੇ ਆਖਿਆ, ਮੇਰਾ ਖਿਆਲ ਸੀ ਤੂੰ ਕਨੀਜ਼ਾ ਨਾਲ ਸੈਰ ਕਰਨ ਜਾਣੀ ਹੈ ਤੇ ਕਨੀਜ਼ਾ ਦੀਆਂ ਜਾਣ ਕੇ ਉਹਨੂੰ ਮਸ਼ਵਰਾ ਦੇਵੇਂਗੀ, ਪਰ ਤੂੰ ਆਪ ਹੀ ਚੁੱਪ ਰਹਿਣ ਲੱਗ ਪਈ ਹੈ ਹਾਨੀ। ਹਾਨੀ ਬੜੇ ਧੀਮੇ ਲਹਿਜੇ ਨਾਲ ਗੱਲ ਕਰਦਿਆਂ ਆਖਿਆ, ਨਹੀਂ ਮੈਂ ਕਨੀਜ਼ਾ ਦੇ ਦਿਲ ਦੀ ਗੱਲ ਨਹੀਂ ਜਾਣ ਸਕੀ ਤੇ ਨਾ ਹੀ ਉਸ ਕੀਤੀ ਹੈ, ਪਰ ਮੈਨੂੰ ਤਾਂ ਇਹ ਲੱਗਦਾ ਜਿਹੜੀਆਂ ਗੱਲਾਂ ਬਾਲਪੁਣੇ 'ਚ ਦਿਲਚਸਪੀ ਨਾਲ ਸੁਣੀਆਂ ਹੋਣ ਜਾਂ ਪੜ੍ਹਾਈ ਵੇਲੇ ਪੜ੍ਹੀਆਂ ਹੋਣ, ਅਕਸਰ ਉਹਨਾਂ ਗੱਲਾਂ ਵਿੱਚੋਂ ਕੁਝ ਗੱਲਾਂ ਇਨਸਾਨ ਦੇ ਹੇਠਲੇ ਦਿਮਾਗ 'ਚ ਚਿੰਬੜ ਕੇ ਰਹਿ ਜਾਂਦੀਆਂ ਨੇ, ਜਿਹਨਾਂ ਉੱਤੇ ਅਕਲ ਦਾ ਕੋਈ ਕਾਬੂ ਨਹੀਂ ਹੁੰਦਾ। ਉਹ ਭਾਵੇਂ ਬੰਦੇ ਨੂੰ ਸੁਪਨਿਆਂ 'ਚ ਯਾਦ ਆਉਣ ਜਾਂ ਬੇਖਿਆਲੀ ਵਿੱਚ ਬੁੜਬੁੜਾਹਟ ਵਿੱਚ, ਮੈਨੂੰ ਲੱਗਦਾ ਇੱਕ ਨੀਜ਼ਾ ਬਿਲਕੁਲ ਤੰਦਰੁਸਤ ਏ, ਸਿਰਫ ਉਹ ਖਿਆਲ ਹੀ ਨੇ ਜਿਹੜੇ ਕਿਧਰੋਂ ਦਿਮਾਗ 'ਚ ਹੇਠਲੇ ਹਿੱਸੇ 'ਚ ਚਿੰਬੜੇ ਹੋਏ ਨੇ। ਫਿਰ ਤੈਨੂੰ ਚੁੱਪ ਕਾਹਦੀ ਲੱਗੀ ਹੋਈ ਹੈ, ਰੋਜ਼ੀਨਾ ਪੁੱਛ ਰਹੀ ਸੀ। ਚੁੱਪ ਨਹੀਂ ਰੋਜ਼ੀਨਾ, ਮੈਂ ਸੋਚਾਂ ਵਿੱਚ ਹਾਂ। ਕਿਹੜੀਆਂ ਸੋਚਾਂ ਵਿੱਚ? ਰੋਜ਼ੀਨਾ ਤੰਜ਼ ਕਰਦਿਆਂ ਪੁੱਛਿਆ। ਅਸੀਂ ਇਖਲਾਕ ਨਾਲ ਬਸਤੀ ਦੀ ਮਸ਼ਹੂਰ ਕੁੜੀ ਬੁਸ਼ਰਾ ਨੂੰ ਮਿਲੀਆਂ ਸਾਂ। ਪਹਿਲਾਂ ਉਹਦਾ ਭਰਾ ਹਬੀਬ ਮਿਲਿਆ ਸੀ ਤੇ ਹਬੀਬ ਨੂੰ ਬੱਕਰੀਆਂ ਪਿੱਛੇ ਜਾਣ ਦੀ ਕਾਹਲੀ ਸੀ। ਹੁਣ ਆਪਣੇ ਬਾਪ ਨੂੰ ਆਰਾਮ ਕਰਨ ਲਈ ਘਰ ਛੱਡ ਕੇ ਆਪ ਬੱਕਰੀਆਂ ਪਿੱਛੇ ਜਾਣਾ ਸੀ। ਬੜੇ ਚੰਗਾ ਲੱਗਾ ਹੈ, ਉਹ ਮੁੰਡਾ ਯੂਨੀਵਰਸਿਟੀ ਪੜ੍ਹਦਾ ਹੈ, ਪਤਾ ਨਹੀਂ ਉਹਦਾ ਮਜ਼ਬੂਨ ਕੀ ਹੈ, ਪਰ ਗੱਲਾਂ ਬੜੀਆਂ ਸੂਝਵਾਨਾਂ ਵਾਲੀਆਂ ਕਰਦਾ ਹੈ। ਉਹਦਾ ਲਹਿਜਾ ਅਤੇ ਜੁੱਸੇ ਦੀ ਜ਼ੁਬਾਨ ਵੀ ਬੜੀ ਮਨਮੋਹਣੀ ਹੈ। ਉਹਦੇ ਘਰ ਗਈਆਂ ਤਾਂ ਉਹਦੀ ਭੈਣ ਬੁਸ਼ਰਾ ਉਹ ਤੋਂ ਵੱਧ ਨਿਕਲੀ। ਹੁਸਨ ਅਤੇ ਜਵਾਨੀ ਉਹਦੇ ਉੱਤੇ ਜਿਵੇਂ ਡੁੱਲ ਗਈ ਹੋਈ ਸੀ, ਪਰ ਬਾ ਸ਼ਊਰ ਅਤੇ ਬਾ ਅਦਬ ਕਮਾਲ ਦੀ ਹੈ। ਬੱਕਰਵਾਲ ਟੱਬਰ ਵਿੱਚੋਂ ਇੰਨੀ ਸੂਝਵਾਨ ਭੈਣ ਭਰਾ ਮੇਰੇ ਲਈ ਤਾਂ ਬੜੀ ਹੈਰਾਨੀ ਅਤੇ ਅਚੰਭੇ ਵਾਲੀ ਗੱਲ ਹੈ। ਫਿਰ ਵਾਪਸੀ ਆਉਂਦਿਆਂ ਹੋਇਆਂ ਵੀ ਹਬੀਬ ਨਾਲ ਮੁਲਾਕਾਤ ਹੋ ਗਈ। ਬੱਕਰੀਆਂ ਵਾਪਸ ਬਸਤੀ ਵੱਲ ਲਿਆ ਰਿਹਾ ਸੀ, ਯੂਨੀਵਰਸਿਟੀ ਦਾ ਪੜਾਕੂ ਬੱਕਰੀਆਂ ਚਾਰ ਕੇ ਲਿਆ ਰਿਹਾ, ਉੱਕਾ ਸ਼ਰਮਿੰਦਾ ਨਹੀਂ ਸੀ। ਦੋਵੇਂ ਭੈਣ ਭਰਾਵਾਂ ਦਾ ਦੁਨਿਆਵੀ, ਸਮਾਜੀ ਅਤੇ ਸਿਆਸੀ ਅਤੇ ਤਾਰੀਖ ਦਾ ਮੁਤਾਲਿਆ ਬੜਾ ਵਸੀ ਲੱਗਦਾ ਸੀ। ਇਸ ਮੁੱਦੇ ਉੱਤੇ ਗੱਲ ਕਰਦੇ ਬਿਲਕੁਲ ਦਾਨਿਸ਼ਵਰ ਲੱਗੇ ਮੈਨੂੰ। ਉਹਨਾਂ ਦਾ ਖਿਆਲ ਹੈ ਕਿ ਅੱਗੇ ਆਉਣ ਵਾਲਾ ਵੇਲਾ ਸਾਡੇ ਦੇਸ਼ ਲਈ ਬੜੇ ਖੂਨ ਖਰਾਬੇ ਵਾਲਾ ਹੋਏਗਾ। ਉਹਨੇ ਦੱਸਿਆ ਕਿ ਇਹੋ ਜਿਹੀਆਂ ਗੱਲਾਂ ਮਜਲਸਾਂ 'ਚ ਸੁਣੀਦੀ ਰਹੀਆਂ ਕਿ ਸਿਆਸਤ ਕੀ ਹੈ, ਤਾਰੀਖ ਕੀ ਹੈ, ਮਜ਼ਹਬ ਕੀ ਹੈ, ਸੱਚੀ ਗੱਲ ਹੈ। ਰੋਜ਼ੀਨਾ ਮੈਨੂੰ ਆਪਣੀ ਕਰੀਬੀ ਦਾਨਿਸ਼ਵਰਾਂ ਕਦੀ ਵੀ ਮੁਤਾਸਰ ਨਹੀਂ ਸੀ ਕੀਤਾ, ਪਰ ਜਿਵੇਂ ਬੁਸ਼ਰਾ ਅਤੇ ਹਬੀਬ ਦਲੀਲਾਂ ਦੇ ਕੇ ਹਾਲਾਤ ਅਤੇ ਸਮਾਜ ਦਾ ਵੇਰਵਾ ਕਰਕੇ ਦੱਸ ਰਹੇ ਹਨ, ਸੱਚੀ ਗੱਲ ਹੈ ਰੋਜ਼ੀਨਾ ਮੇਰੀ ਤੇ ਰੂਹ ਰਾਜ਼ੀ ਹੋ ਗਈ ਹੈ। ਅੱਛਾ, ਰੋਜ਼ੀਨਾ ਮਖੌਲ ਕੀਤਾ, ਕਿਧਰੇ ਰੂਹ ਬੱਕਰਵਾਲ ਦੇ ਵਿਹੜੇ ਵਿੱਚ ਤੇ ਨਹੀਂ ਛੱਡ ਆਈ ਤੂੰ? ਰੋਜ਼ੀਨਾ ਨੂੰ ਬੱਕਰਵਾਲ ਟੱਬਰ ਦੀ ਤਾਰੀਫ ਹੁੰਦੀ ਚੰਗੀ ਨਹੀਂ ਸੀ ਲੱਗ ਰਹੀ। ਫਿਰ ਆਖਿਆ, ਮੇਰੇ ਤਬਕੇ ਦੀ ਕੁੜੀ, ਉਹ ਵੀ ਪੜ੍ਹੀ ਲਿਖੀ, ਇੱਕ ਬੱਕਰਵਾਲ ਦੇ ਫਲਸਫੇ ਤੋਂ ਮੁਤਾਸਰ ਹੈ, ਹੈਰਾਨੀ ਵਾਲੀ ਗੱਲ ਹੈ। ਕਨੀਜ਼ਾ ਵੀ ਹਾਨੀ ਦੇ ਕੋਲ ਆ ਕੇ ਬੈਠ ਗਈ। ਰੋਜ਼ੀਨਾ ਨੂੰ ਹਬੀਬ ਤੇ ਬੁਸਰਾ ਦੀ ਤਾਰੀਫ ਭੈੜੀ ਤੇ ਕਨੀਜ਼ਾ ਨੂੰ ਚੰਗੀ ਲੱਗ ਰਹੀ ਸੀ। ਰੋਜ਼ੀਨਾ ਨਹੀਂ ਸੀ ਚਾਹੁੰਦੀ ਕਿ ਹਾਨੀ ਨਾਲ ਸਖ਼ਤ ਲਹਿਜੇ ਵਿੱਚ ਗੱਲ ਕੀਤੀ ਜਾਏ, ਇਸ ਲਈ ਹੱਸਦੇ ਹੱਸਦੇ ਆਖਿਆ, ਭਲਾ ਬੱਕਰੀਆਂ ਚਰਾਵਣ ਵਾਲੇ ਕਿੰਨੇ ਕੁ ਅਕਲਮੰਦ ਹੋ ਸਕਦੇ ਨੇ? ਕਨੀਜ਼ਾ ਝੱਟ ਬੋਲੀ, ਭਾਬੀ ਸਾਡੇ ਬਹੁਤੇ ਨਬੀ ਬੱਕਰੀਆਂ ਹੀ ਚਾਰਦੇ ਰਹੇ ਨੇ, ਅਕਲ ਸ਼ਊਰ ਤੇ ਹੁਸਨ ਕਿਸੇ ਦੀ ਸੀਰਤ ਚ ਨਹੀਂ ਹੁੰਦੇ। ਆਪਣੀ ਗੱਲ ਬੇਵਜਨ ਹੁੰਦੀ ਵੇਖ ਕੇ ਰੋਜ਼ੀਨਾ ਕਿਧਰੇ ਨਾਰਾਜ਼ ਹੋਈ ਪਰ ਚੁੱਪ ਰਹੀ। ਹਨੀ ਵੀ ਕਨੀਜ਼ਾ ਦੀ ਗੱਲ ਨੂੰ ਦਰੁਸਤ ਆਖਦਿਆਂ ਕਿਹਾ, ਅੱਜ ਸਾਇੰਸੀ ਦੌਰ ਹੈ ਤੇ ਹਰ ਦੌਰ ਦੇ ਆਪਣੇ ਮਸਲੇ, ਤਕਾਜ਼ੇ ਤੇ ਰਿਵਾਜ ਹੁੰਦੇ ਨੇ। ਕਨੀਜ਼ਾ ਫਿਰ ਆਖਿਆ, ਅਸੀਂ ਕਿੰਨੇ ਬਦਕਿਸਮਤ ਆ ਲੋਕ ਹਾਂ ਜਿਹੜੇ ਸਾਇੰਸ ਕੋਲੋਂ ਪੂਰਾ ਫਾਇਦਾ ਨਹੀਂ ਲੈ ਰਹੇ। ਅੱਜ ਤੀਕਰ
ਪੁਰਾਣੀ ਸੋਚ ਨੂੰ ਚਿੰਬੜੇ ਹੋਏ ਹਾਂ। ਰੋਜ਼ੀਨਾ ਨੂੰ ਆਪਣੇ ਆਪ ਉੱਤੇ ਤੰਸ ਮਹਿਸੂਸ ਹੋਈ। ਤਿੜਕ ਕੇ ਬੋਲੀ, ਕਨੇਜ਼ਾ ਤੈਨੂੰ ਕਿਹੜੀ ਸਾਇੰਸੀ ਸਹੂਲਤ ਦੱਸ ਨਹੀਂ ਮਿਲੀ? ਐਵੇਂ ਠੰਡੇ ਦੁੱਧ ਨੂੰ ਫੂਕਾ ਮਾਰਨ ਵਾਲੀ ਗੱਲ ਹੈ ਤੇਰੀ ਤੇ। ਨਹੀਂ ਭਾਬੀ, ਕਨੇਜ਼ਾ ਆਖਿਆ, ਆਪਣੇ ਬਾਰੇ ਸ਼ਿਕਾਇਤ ਨਹੀਂ ਕੀਤੀ। ਮੇਰੇ ਆਖਣ ਦਾ ਮਤਲਬ ਹੈ, ਸਾਇੰਸੀ ਸਹੂਲਤਾਂ ਉੱਤੇ ਸਾਰੇ ਲੋਕਾਂ ਦਾ ਹੱਕ ਹੈ। ਸਾਇੰਸੀ ਫਾਇਦਾ ਹਰ ਇੱਕ ਤੀਕਰ ਅੱਪੜਨਾ ਚਾਹੀਦਾ ਹੈ। ਹਾਂ, ਲੈਣ ਫਾਇਦਾ ਕੌਣ ਰੋਕਦਾ ਹੈ? ਰੋਜ਼ੀਨਾ ਦਾ ਲਹਿਜਾ ਤਲਖ ਹੋ ਗਿਆ ਸੀ। ਕਨੇਜ਼ਾ ਆਖਿਆ, ਅਸੀਂ ਰੋਕਨੇ ਹਾਂ ਭਾਬੀ, ਅਸੀਂ ਜਿਹੜੇ ਜ਼ਮੀਨਾਂ ਉੱਤੇ ਮੱਲ ਮਾਰੀ ਬੈਠੇ ਹਾਂ, ਸਰਕਾਰ ਅਤੇ ਸਰਕਾਰੀ ਅਹੁਦਿਆਂ ਉੱਤੇ ਹੀ ਸਾਡਾ ਕਬਜ਼ਾ ਹੈ। ਮੁਲਕ ਦੇ ਸਾਰੇ ਵਸੀਲਿਆਂ ਉੱਤੇ ਚੰਗੇ ਲੋਕਾਂ ਦੇ ਕਬਜ਼ੇ ਨੇ। ਆਮ ਬੰਦੇ ਕੋਲ ਤੇ ਖੇਤੀ ਰੇਹੜੀ ਕੋਲ ਖੋਤੀ ਰੇਹੜੀ ਰਹਿ ਜਾਂਦੀ ਹੈ ਤੇ ਬੱਕਰਵਾਲ ਦੇ ਇਸੇ ਨਫ਼ਰਤ ਰਹਿ ਗਈ ਹੈ। ਸਾਇੰਸ ਦੀਆਂ ਸਾਰੀਆਂ ਸਹੂਲਤਾਂ ਤੇ ਪੈਸੇ ਵਾਲਿਆਂ ਨੇ ਹੀ ਮਲੀਆਂ ਹੋਈਆਂ ਨੇ। ਬਸ ਇੰਜ ਦਾ ਹੀ ਖਿਆਲ ਕਰਕੇ ਤੇ ਬੁਸ਼ਰਾ ਦਾ ਇਸੇ ਤੋਂ ਹੀ ਖਿਆਲ ਉੱਭਰਦਾ ਹੈ ਕਿ ਇੱਥੇ ਖੂਨ ਖਰਾਬਾ ਬਹੁਤ ਹੋਏਗਾ। ਇੱਥੇ ਤੇ ਤਾਲੀਮ ਵਿੱਚ ਵੀ ਫਰਕ ਹੈ। ਪੈਸੇ ਵਾਲਿਆਂ ਵਾਸਤੇ ਹਰ ਤਾਲੀਮ ਬਿਨਾਂ ਪੈਸੇ ਦੇ ਹੋਰ ਸਬਕ ਤਾਬਿਆਚਾਰੀ ਦੇ। ਇਹ ਜਿਹੜੀ ਫੋਟੋ ਵੱਧ ਰਹੀ ਹੈ, ਫਸਾਦ ਜ਼ਰੂਰ ਖਿਲਰੇਗਾ। ਕੁਝ ਨਹੀਂ ਹੋਣ ਲੱਗਾ, ਇਹ ਖਿਆਲਾਤ ਛੋਟੇ ਤਬਕੇ ਦੇ ਨੇ। ਸਾਡੇ ਤਬਕੇ ਤਾਂ ਸਦੀਆਂ ਤੋਂ ਇਸ ਫਜ਼ਲ ਸੋਚ ਦਾ ਰੋਕ ਬਣਾ ਕੇ ਰੱਖਿਆ ਹੋਇਆ ਹੈ। ਸਾਨੂੰ ਕੋਈ ਫਿਕਰ ਨਹੀਂ ਫਸਾਦ ਹੁੰਦਾ ਹੈ ਤੇ ਹੋਵੇ। ਇਹ ਸਿਰਫ ਇਹ ਇਨਕਲਾਬੀ ਤੇ ਬੇਫਿਕਰ ਤਰੱਕੀ ਪਸੰਦ ਜੋ ਮਰਜ਼ੀ ਕਰ ਲੈਣ, ਸਾਡੀਆਂ ਸਹੂਲਤਾਂ ਖੋ ਨਹੀਂ ਸਕਦੇ। ਲੱਗਦਾ ਹੈ ਹਾਨੀ, ਤੂੰ ਵੀ ਕਨੇਜ਼ਾ ਵਾਂਗ ਹੀਣੇ ਤਬਕੇ ਦੀ ਹਮਾਇਤੀ ਬਣ ਗਈ ਹੈ, ਆਪਣੇ ਤਬਕੇ ਨੂੰ ਮੰਦਾ ਆਖਣ ਲੱਗ ਪਈ ਹੈ। ਨਹੀਂ ਰੋਜ਼ੀਨਾ ਭਾਬੀ, ਮੈਂ ਕਿਸੇ ਤਬਕੇ ਨੂੰ ਮੰਦਾ ਨਹੀਂ ਆਖਦੀ। ਮੈਂ ਤਾਂ ਇਸ ਰਵੱਈਏ ਦੀ ਗੱਲ ਕੀਤੀ ਹੈ ਜਿਹਦੇ ਨਾਲ ਇਨਸਾਨਾਂ 'ਚ ਫੁੱਟ ਵੱਧਦੀ ਜਾ ਰਹੀ ਹੈ। ਡਰਨੀ ਆਏ ਫੁੱਟ ਕਿਧਰੇ ਇਨਸਾਨੀ ਤਰੱਕੀ ਨੂੰ ਬਿਲਕੁਲ ਬਰਬਾਦ ਨਾ ਕਰ ਦੇ। ਜੇ ਇੰਜ ਹੀ ਸਾਡੀਆਂ ਸੋਚਾਂ ਖੁਦ ਕਰਜ਼ੀ ਵਾਲੀਆਂ ਰਹੀਆਂ ਤਾਂ ਘੱਟੋ ਘੱਟ ਸਾਡੇ ਮੁਲਕ 'ਚ ਫੁੱਟ ਨੂੰ ਕੋਈ ਨਹੀਂ ਰੋਕ ਸਕਦਾ। ਆਪਣੀ ਗੱਲ ਆ ਕੇ ਕਨੇਜ਼ਾ ਉੱਥੋਂ ਉੱਠ ਕੇ ਕਮਰੇ 'ਚ ਚਲੀ ਗਈ। ਕਨੇਜ਼ਾ ਦੇ ਜਾਣ ਮਗਰੋਂ ਰੋਜ਼ੀਨਾ ਆਖਿਆ, ਵੇਖਿਆ ਕਨੇਜ਼ਾ ਕਿਵੇਂ ਦੀਆਂ ਗੱਲਾਂ ਕਰਦੀ ਹੈ, ਇਹ ਬਿਮਾਰ ਨਹੀਂ ਤੇ ਹੋਰ ਕੀ ਹੈ? ਹਾਨੀ, ਹਾਨੀ ਦਾ ਜਵਾਬ ਸੀ, ਕਨੇਜ਼ਾ ਬਿਮਾਰ ਨਹੀਂ ਹੈ। ਕਿਉਂ ਨਹੀਂ ਹੈ? ਰੋਜ਼ੀਨਾ ਆਖਿਆ, ਮੁਆਫ ਕਰੀ ਹਾਨੀ, ਮੈਨੂੰ ਤੇ ਇਸ ਬਿਮਾਰੀ ਦੇ ਜਰਾਸੀਮ ਤੇਰੇ 'ਚ ਵੀ ਦਿਸਣ ਲੱਗ ਪਏ ਨੇ। ਆਪਣੇ ਤਬਕੇ ਬਾਰੇ ਇੰਝ ਸੋਚਣਾ ਬਿਮਾਰੀ ਨਹੀਂ ਤੇ ਹੋਰ ਕੀ ਹੈ? ਤੂੰ ਆਪ ਹੀ ਫੈਸਲਾ ਕਰ ਹਾਨੀ, ਕਿਸਮਤ ਨਾਲ ਕੋਈ ਲੜ ਸਕਦਾ ਹੈ? ਜੇ ਰੱਬ ਵੱਲੋਂ ਸਾਡੀ ਕਿਸਮਤ ਚੰਗੀ ਲਿਖੀ ਹੋਈ ਹੈ ਤਾਂ ਮਾੜੀ ਕੌਣ ਕਰ ਸਕਦਾ ਹੈ? ਰੋਜ਼ੀਨਾ ਬੜੇ ਤਕਬਰ ਨਾਲ ਆਖਿਆ, ਚੱਲ ਆ, ਭੁੱਖ ਲੱਗ ਗਈ, ਮੈਂ ਵੇਲੇ ਸਿਰ ਨਾ ਖਾਵਾਂ ਤੇ ਮੈਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਹਾਨੀ ਕੋਈ ਜਵਾਬ ਨਾ ਦਿੱਤਾ ਤੇ ਸੋਚਦੀ ਹੋਈ ਨਾਲ ਉੱਠ ਟੁਰੇ। ਧੰਨਵਾਦ। ਅੰਗ 25। ਫਕੀਰੀਆਂ ਨੂੰ ਬਾਹਰ ਬੱਕਰੀਆਂ ਚਾਰਦੇ ਨੂੰ ਉਜਾੜ ਵਿੱਚੋਂ ਸੱਪ ਲੜਿਆ ਤੇ ਉਹ ਮਰ ਗਿਆ। ਕੂਕਣੇ ਦੇ ਵੈਣ ਦਿਲ ਚੀਰਵੇਂ ਸਨ। ਫਕੀਰੀਆ ਦਾ ਲੋਕਾਂ ਨਾਲ ਬੋਲਚਾਲ ਤੇ ਸੁਭਾਅ ਚੰਗਾ ਸੀ। ਫਕੀਰੀਆ ਦੀ ਮੌਤ ਦਾ ਸਾਰੀ ਬਸਤੀ ਨੂੰ ਅਫਸੋਸ ਹੋਇਆ। ਨੰਬਰਦਾਰ ਵਾਜਿਦ ਨੂੰ ਇਸਲਾਮਾਬਾਦ ਨੂਰੇ ਫੋਨ ਕਰਵਾ ਕੇ ਖਬਰ ਦੇ ਦਿੱਤੀ ਕਿ ਫਕੀਰੀਆ ਸੱਪ ਲੜ ਕੇ ਮਰ ਗਿਆ ਹੈ। ਅਸੈਂਬਲੀ ਇਜਲਾਸ ਛੱਡ ਕੇ ਨੰਬਰਦਾਰ ਉਸੇ ਵੇਲੇ ਜਹਾਜ਼ ਦਾ ਟਿਕਟ ਲਿਆ। ਉਹਨੂੰ ਬੁਸ਼ਰਾ ਨਾਲ ਮੁਲਾਕਾਤ ਦਾ ਮੌਕਾ ਮਿਲ ਰਿਹਾ ਸੀ। ਨੰਬਰਦਾਰ ਦੇ ਅੰਦਰ ਇਸ਼ਕ ਹੋਰ ਮੱਚ ਖਲੋਤਾ। ਉਸ ਕੁਝ ਜੁਮਲੇ ਵੀ ਐਸੇ ਸੋਚ ਲਏ ਜਿਹੜੇ ਬੁਸ਼ਰਾ ਸਾਹਮਣੇ ਬੋਲਣੇ ਸਨ ਤੇ ਨੰਬਰਦਾਰ ਵਾਜਿਦ ਫਕੀਰੀਆ ਦੀ ਨਮਾਜ਼ ਜਨਾਜ਼ਾ ਵੇਲੇ ਅੱਪੜ ਗਿਆ। ਸਦਫ ਫੈਕਟਰੀ ਦੇ ਮਜ਼ਦੂਰ ਮੁੰਡੇ ਕੁੜੀਆਂ ਨੂੰ ਫਕੀਰੀਆ ਦੀ ਮੌਤ ਤੇ ਅਫਸੋਸ 'ਚ ਛੁੱਟੀ ਦੇ ਦਿੱਤੀ ਗਈ। ਬੁਸ਼ਰਾ ਦੇ ਬਾਪ ਦੇ ਜਨਾਜ਼ੇ ਨਾਲ ਇੱਕ ਖਲਕਤ ਇਕੱਠੀ ਵੇਖ ਕੇ ਨੰਬਰਦਾਰ ਹੈਰਾਨ ਰਹਿ ਗਿਆ। ਏਡਾ ਵੱਡਾ ਇਕੱਠ ਤੇ ਕਦੀ ਸਾਡੇ ਵੱਡਿਆਂ ਦੇ ਜਨਾਜ਼ੇ ਨਾਲ ਨਹੀਂ ਸੀ ਹੋਇਆ। ਇੱਕ ਬੱਕਰਵਾਲ ਦਾ ਜਨਾਜ਼ਾ ਇੰਨੀ ਧੂਮ ਨਾਲ, ਇਹ ਸਭ ਬੁਸ਼ਰਾ ਦੇ ਹੁਸਨ ਦਾ ਕਮਾਲ ਹੈ। ਉਹ ਸੋਚਿਆ ਸਾਰੀ ਬਸਤੀ ਦੇ ਮਰਦ ਇਕੱਠੇ ਹੋ ਗਏ ਨੇ। ਜਨਾਜ਼ਾ ਪੜ੍ਹਨ ਮਗਰੋਂ ਬਹੁਤ ਜ਼ਿਆਦਾ ਲੋਕ ਕੂਕਣੇ ਤੇ ਬੁਸ਼ਰਾ ਨਾਲ ਅਫਸੋਸ ਕਰਨ ਵੀ ਆਏ। ਬਾਹਰ ਇੱਕ ਪਲਾਟ 'ਚ ਤੰਬੂ ਕਨਾਤਾਂ ਲੱਗੇ ਸਨ, ਔਰਤਾਂ ਵਾਸਤੇ ਇੱਕ ਪਾਸੇ ਤੇ ਮਰਦਾਂ ਵਾਸਤੇ ਇੱਕ ਪਾਸੇ। ਸੇਠ ਰਹਿਮਾਨ ਤੇ ਬੇਗਮ ਸਦਫ ਕਾਸਿਮ ਵੀ ਆਏ ਸਨ। ਨਸੀਫ ਰਾਤ ਤੇ ਨੂਰਾਂ ਲਈ ਨੰਬਰਦਾਰ ਦਾ ਅਫਸੋਸ ਲਈ ਅਸੈਂਬਲੀ ਇਜਲਾਸ ਛੱਡ ਕੇ ਆਉਣਾ ਬੜੀ ਮਾਣ ਵਾਲੀ ਗੱਲ ਸੀ। ਉਹ ਤਿੰਨੇ ਨੰਬਰਦਾਰ ਅੱਗੇ ਪਿੱਛੇ ਫਿਰਦੇ ਸਨ। ਨੰਬਰਦਾਰ ਵੋਟ ਲੈਣ ਵੇਲੇ ਜਾਣਨ ਵਾਲਿਆਂ ਨੂੰ ਜਫੀ ਪਾਪਾ ਮਿਲਿਆ ਸੀ ਤੇ ਜਾਂ ਅੱਜ ਹਰ ਇੱਕ ਨੂੰ ਸੀਨੇ ਲਾ ਰਿਹਾ ਸੀ। ਲੋਕਾਂ ਨੂੰ ਹੈਰਾਨੀ ਹੋਈ ਕਿ ਅੱਜ ਕੀ ਗਰਜ ਹੋ ਸਕਦੀ ਹੈ ਨੰਬਰਦਾਰ ਨੂੰ ਜੋ ਮਿਲਦਾ ਪਿਆ ਹੈ। ਕੋਈ ਗਲੀ ਪੱਕੀ ਨਹੀਂ ਕਰਾਈ, ਕੋਈ ਨਾਲੀ ਨਹੀਂ ਬਣਵਾਈ, ਦੂਜਿਆਂ ਪਿੰਡਾਂ ਵਿੱਚ ਫਿਰ ਵੀ ਥੋੜ੍ਹਾ ਬਹੁਤ ਕੰਮ ਹੋਇਆ ਤੇ ਇੱਥੇ ਤੇ ਇਸ ਝਾਤੀ ਵੀ ਨਹੀਂ ਮਾਰੀ।
ਔਰਤਾਂ ਤੇ ਮਰਦਾਂ ਦੇ ਤੰਬੂ ਵਿਚਕਾਰ ਇੱਕ ਪਰਦਾ ਕੀਤਾ ਹੋਇਆ ਸੀ ਤੇ ਉਹ ਹਟਾ ਦਿੱਤਾ ਗਿਆ ਤੇ ਬੁਸ਼ਰਾ ਆ ਕੇ ਇੱਕ ਛੋਟੀ ਜਿਹੀ ਤਕਰੀਰ ਕੀਤੀ। ਭੈਣ ਭਰਾਓ, ਚਾਚਿਓ, ਬਜ਼ੁਰਗੋ ਤੇ ਦੋਸਤੋ, ਮਰਨ ਜੀਵਨ ਤੇ ਇੱਕ ਖੇਡ ਏ। ਜਦੋਂ ਦੀ ਦੁਨੀਆ ਬਣੀ ਏ ਇਹ ਖੇਡ ਹੋ ਰਹੀ ਹੈ ਤੇ ਹੁੰਦੀ ਰਹੇਗੀ। ਸਾਡੇ ਬਾਪ ਦੀ ਅਚਾਨਕ ਮੌਤ ਉੱਤੇ ਜਿੰਨਾ ਅਫਸੋਸ ਸਾਨੂੰ ਹੋਇਆ ਉਨਾ ਹੀ ਤੁਹਾਨੂੰ ਵੀ ਹੋਇਆ। ਮੈਂ ਆਪਣੇ ਤੇ ਆਪਣੇ ਘਰ ਵਾਲਿਆਂ ਵੱਲੋਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਆਖਣੀ ਆ। ਬੁਸ਼ਰਾ ਦਾ ਢੰਗ ਨਾਲ ਬੋਲਣਾ, ਵਾਲਾਂ ਦਾ ਅੰਦਾਜ਼ ਤੇ ਜੁੱਸੇ ਤੇ ਕੀ ਜ਼ੁਬਾਨ ਨੰਬਰਦਾਰ ਦੇ ਅੰਦਰ ਖੁੱਭ ਗਈ। ਬੁਸ਼ਰਾ ਉਹਨੂੰ ਕੋਈ ਪਰੀ ਵਾਂਗ ਜਾਪੀ। ਬੁਸ਼ਰਾ ਤੇ ਚਲੀ ਗਈ ਪਰ ਨੰਬਰਦਾਰ ਅਜੇ ਵੀ ਉਹਦੀ ਇੱਕ ਝਲਕ ਉੱਤੇ ਕੁਰਬਾਨ ਹੋਇਆ ਬੈਠਾ ਸੀ। ਪਰਦਾ ਫੇਰ ਹੋ ਗਿਆ। ਨੰਬਰਦਾਰ ਹੁਣ ਕੋਈ ਬਹਾਨਾ ਲੱਭ ਰਿਹਾ ਸੀ ਕਿ ਬੁਸ਼ਰਾ ਨਾਲ ਕੋਈ ਮੁਲਾਕਾਤ ਕਰਕੇ ਉਹਦੇ ਨਾਲ ਗੱਲ ਕੀਤੀ ਜਾਵੇ। ਪਰ ਇੰਨੇ ਹਜ਼ੂਮ 'ਚ ਉੱਠ ਕੇ ਬੁਸ਼ਰਾ ਨੂੰ ਮਿਲਣ ਜਾਣਾ ਤੇ ਆਸਾਨ ਨਹੀਂ ਸੀ। ਇੱਕ ਹੋਰ ਹੀਣੀ ਇਹ ਵੀ ਹੋ ਰਹੀ ਸੀ ਕਿ ਬੱਕਰਵਾਲ ਦੀ ਧੀ ਤਕਰੀਰ ਦੀ ਫਿਲਮ ਵੀ ਕੋਈ ਪ੍ਰਾਈਵੇਟ ਟੀਵੀ ਚੈਨਲ ਬਣਾ ਰਿਹਾ ਸੀ ਤੇ ਚੈਨਲ ਵੀ ਉਹ ਜਿਹੜਾ ਹਰ ਕਿਸੇ ਦੀ ਤਕਰੀਬ ਜਾਂ ਸੋਗ ਉੱਤੇ ਨਹੀਂ ਜਾਂਦਾ। ਨੰਬਰਦਾਰ ਨੂੰ ਬਾਹਰ ਬਾਹਰ ਆਪਣਾ ਆਇਆ ਆਪਣਾ ਮੁੜਕਾ ਮੂੰਹ ਤੇ ਪੂੰਝਣਾ ਪੈ ਰਿਹਾ ਸੀ। ਪਤਾ ਨਹੀਂ ਇਹ ਮੁੜਕਾ ਨਮੋਸ਼ੀ ਦਾ ਸੀ ਜਾਂ ਆਪਣੀ ਹਾਰ ਦਾ। ਨੰਬਰਦਾਰ ਵਾਜਿਦ ਦੇ ਆਉਣ ਨੂੰ ਹਬੀਬ ਚੰਗਾ ਨਾ ਜਾਣਿਆ ਪਰ ਚੁੱਪ ਰਿਹਾ। ਬੁਸ਼ਰਾ ਵੀ ਕੋਈ ਤਵੱਜੋ ਨਾ ਦਿੱਤੀ। ਫੂੜੇ ਉੱਤੇ ਫਕੀਰੀਆ ਦੇ ਚੰਗੇ ਸੁਭਾਅ ਬਾਰੇ ਗੱਲਾਂ ਹੁੰਦੀਆਂ ਰਹੀਆਂ। ਨੰਬਰਦਾਰ ਵਾਜਿਦ ਵੀ ਫਕੀਰੀਆ ਦੀ ਤਾਰੀਫ ਕੀਤੀ ਤੇ ਆਖਿਆ ਮੈਂ ਤੇ ਬਾਬਾ ਫਕੀਰੀਆ ਨੂੰ ਹਮੇਸ਼ਾ ਆਪਣੇ ਬਜ਼ੁਰਗਾਂ ਤੋਂ ਵੱਡਾ ਸਮਝਿਆ ਹੈ। ਉਹਦੇ ਸਾਰੇ ਪੁੱਤਰਾਂ ਤੇ ਧੀਆਂ ਦੀ ਕਦਰ ਮੇਰੀ ਨਜ਼ਰ 'ਚ ਬਹੁਤ ਏ। ਮੈਂ ਚਾਹੁੰਦਾ ਮੈਨੂੰ ਕੂਲਾਂ ਦੀ ਰੋਟੀ ਪਕਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਮੈਂ ਵੀ ਆਪਣੇ ਬਜ਼ੁਰਗ ਦਾ ਕੁਝ ਕੁ ਹੱਕ ਤੇ ਅਦਾ ਕਰ ਸਕਾਂ। ਨਸੀਬ ਤੇ ਫਰਾਤ ਦੇ ਨਾਲ ਨੂਰੇ ਦੇ ਮੂੰਹੋਂ ਵੀ ਨੰਬਰਦਾਰ ਵਾਸਤੇ ਦੁਆ ਨਿਕਲੀ ਪਰ ਦੂਜੇ ਲੋਕਾਂ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਿਆ। ਲੋਕ ਜਾਣਦੇ ਸਨ ਨੰਬਰਦਾਰ ਦਾ ਝੁੱਗਾ ਕੰਜੂਸੀ 'ਚ ਮਸ਼ਹੂਰ ਏ। ਇਹ ਕਿਸੇ ਕਾਮੇ ਨੂੰ ਪੂਰਾ ਨਿਆਂ ਨਹੀਂ ਦਿੰਦਾ ਤੇ ਅੱਜ ਕੂਲਾਂ ਦੀ ਰੋਟੀ। ਤੇ ਨੂਰੇ ਝੱਟ ਨਸੀਬ ਨੂੰ ਆਖਿਆ ਤੂੰ ਵੱਡਾ ਹੈ, ਹੁਣ ਇਸ ਟੱਬਰ ਦੀ ਤੂੰ ਹੀ ਊਚ ਨੀਚ ਵੇਖਣੀ ਹੈ। ਨੰਬਰਦਾਰ ਕਿੰਨਾ ਚੰਗਾ ਬੰਦਾ ਜਿਹੜਾ ਸਾਡੇ ਗਰੀਬਾਂ ਨਾਲ ਹਮਦਰਦੀ ਰੱਖਦਾ ਹੈ। ਵਾਜਿਦ ਗੱਲ ਨੂੰ ਹੋਰ ਵਜ਼ਨ ਦੇਣ ਲਈ ਆਖਿਆ ਜਿੰਨੀ ਵੀ ਰੋਟੀ ਪੱਕੇ ਮੈਂ ਪਕਾਵਾਂਗਾ, ਸਗੋਂ ਮੈਂ ਤੇ ਚਾਹੁੰਦਾ 7ਵੇਂ 10ਵੇਂ ਤੇ ਭਾਵੇਂ 40ਵੇਂ ਦੀ ਰੋਟੀ ਮੇਰੇ ਵੱਲੋਂ ਹੋਵੇ। ਇਹ ਆਸਾਨ ਦਾ ਨਾ ਭਾਜੀ, ਮੇਰੇ ਉੱਤੇ ਬਾਬਾ ਫਕੀਰੀਆ ਦਾ ਹੱਕ ਏ, ਪੁੱਤਰ ਹੀ ਸਮਝਦਾ ਸੀ ਮੈਨੂੰ। ਨਸੀਬ ਆਖਿਆ ਨੰਬਰਦਾਰ ਜੀ ਅਸੀਂ ਵੀ ਤੈਨੂੰ ਗੈਰ ਨਹੀਂ ਸਮਝਦੇ ਪਰ ਰੋਟੀ ਪਕਾਉਣ ਵਾਲੀ ਗੱਲ ਉੱਤੇ ਮੈਨੂੰ ਆਪਣੇ ਦੂਜੇ ਭਰਾਵਾਂ ਨਾਲ ਤੇ ਮਾਂ ਨਾਲ ਸਲਾਹ ਕਰਨੀ ਪਏਗੀ। ਸਲਾਹ ਕਾਹਦੀ, ਨੇਕ ਕੰਮ ਏ। ਨੰਬਰਦਾਰ ਮਰਜ਼ੀ ਨਾਲ ਸਾਡਾ ਭਾਰ ਹੌਲਾ ਕਰਨਾ ਚਾਹੁੰਦਾ, ਇਹਦੇ 'ਚ ਸੋਚਣਾ ਕੀ। ਨੂਰੇ ਨੂੰ ਨੰਬਰਦਾਰ ਨਾਲੋਂ ਬਹੁਤੀ ਕਾਹਲੀ ਸੀ। ਹਬੀਬ ਤੇ ਅਜੇ ਬਾਹਰ ਦੇ ਕੰਮਾਂ ਕਾਜਾਂ 'ਚ ਰੁੱਝਿਆ ਸੀ। ਅੰਦਰ ਵਿਹੜੇ 'ਚ ਨੰਬਰਦਾਰ ਕੀ ਕਰਦਾ ਪਿਆ ਹੈ ਉਹਨੂੰ ਕੋਈ ਖਬਰ ਨਹੀਂ। ਪਰ ਬੁਸ਼ਰਾ ਨੂੰ ਸਵਾਣੀਆਂ 'ਚ ਬੈਠੀਆਂ ਕਿਸੇ ਜਾ ਕੇ ਦੱਸਿਆ ਕਿ ਨੰਬਰਦਾਰ ਵਾਜਿਦ ਕੂਲਾਂ ਦੀ ਰੋਟੀ ਪਕਾਉਣਾ ਚਾਹੁੰਦਾ ਤੇ ਹੋਰ ਦੋਵੇਂ ਭਰਾ ਬੜੇ ਖੁਸ਼ ਹੋ ਰਹੇ ਨੇ। ਬੁਸ਼ਰਾ ਅੰਦਰ ਉੱਠ ਕੇ ਬਾਹਰ ਵਿਹੜੇ 'ਚ ਆ ਗਈ। ਇੱਧਰ ਉੱਧਰ ਨਜ਼ਰ ਮਾਰ ਕੇ ਹਬੀਬ ਨੂੰ ਵੇਖਿਆ। ਹਬੀਬ ਨਜ਼ਰ ਨਾ ਆਇਆ ਤੇ ਉਸ ਭਰਵੀਂ ਨਜ਼ਰ ਨੰਬਰਦਾਰ ਵਾਜਿਦ ਵੱਲ ਵੇਖਿਆ। ਨੰਬਰਦਾਰ ਬੁਸ਼ਰਾ ਦਾ ਹੁਸਨ ਵੇਖ ਕੇ ਹੈਰਾਨ ਰਹਿ ਗਿਆ। ਉਹਦੇ ਅੰਦਾਜ਼ ਤੋਂ ਵੀ ਜ਼ਿਆਦਾ ਬੁਸ਼ਰਾ ਚੰਗੀ ਲੱਗੀ। ਬੁਸ਼ਰਾ ਫਿਰ ਸਵਾਣੀਆਂ ਵਾਲੇ ਪਾਸੇ ਚਲੀ ਗਈ ਤੇ ਉਹ ਉਸ ਭਾਬੀ ਮਿੱਤਰਾਂ ਨੂੰ ਆਖਿਆ, ਭਾਬੀ ਅਸੀਂ ਇੰਨੇ ਹੀ ਗਏ ਗੁਜ਼ਰੇ ਹਾਂ, ਸਾਡੇ ਪਿਓ ਤੇ ਕੂਲਾਂ ਦੀ ਰੋਟੀ ਕੋਈ ਗੈਰ ਕਰੇ? ਕੱਲ੍ਹ ਨੂੰ ਸ਼ਰੀਕੇ ਅੱਗੇ ਕੌਣ ਗੱਲ ਕਰੇਗਾ? ਸਾਰੀ ਉਮਰ ਬੋਲੀਆਂ ਵੱਜਣਗੀਆਂ। ਮਿੱਤਰਾ ਜਿਹੜੀ ਅਜੇ ਕੁਝ ਵੇਲਾ ਪਹਿਲੀ ਬੁਸ਼ਰਾ ਦੀ ਨਾ ਸਿਰਫ ਹਮਾਇਤੀ ਹੋਈ ਸੀ, ਦੋਵੇਂ ਪੁੱਤਰਾਂ ਨੂੰ ਸਟੋਰ ਉੱਤੇ ਕੰਮ ਕਰਨ ਦੀ ਨਾ ਸਿਰਫ ਸਹੂਲਤ ਮਿਲੀ ਸਗੋਂ ਛੀਮਾ ਨਾਲ ਬਰਾਬਰ ਦੇ ਹਿੱਸੇਦਾਰ ਬਣ ਗਏ ਸਨ। ਤਿੰਗ ਕੇ ਬੋਲੀ, ਕੋਈ ਗੈਰ ਕਿਉਂ ਕੂਲਾਂ ਦੀ ਰੋਟੀ ਪਕਾਵੇ? ਅਸੀਂ ਆਪ ਸਾਰੇ ਸਾਰਾ ਕੁਝ ਸੋਹਣੀ ਤਰ੍ਹਾਂ ਕਰਾਂਗੇ। ਮਿੱਤਰਾ ਦੇ ਕੁਝ ਉੱਚੀ ਬੋਲਣ ਉੱਤੇ ਬੁਸ਼ਰਾ ਸਮਝਾਇਆ, ਨਹੀਂ ਭਾਬੀ ਸ਼ੋਰ ਨਹੀਂ ਪਾਉਣਾ, ਤੂੰ ਸਿਰਫ ਭਾਬੀ ਨਸੀਬ ਨੂੰ ਪਾਸੇ ਕਰਕੇ ਲਿਜਾ ਕੇ ਸਮਝਾ ਦੇ ਕਿ ਅਸੀਂ ਵਾਜਿਦ ਨੰਬਰਦਾਰ ਕੋਲੋਂ ਕੂਲਾਂ ਦੀ ਰੋਟੀ ਨਹੀਂ ਲੈਣੀ। ਕੂਲਾਂ ਦੇ 10ਵੇਂ ਦੀ ਰੋਟੀ ਦਾ ਇੰਤਜ਼ਾਮ ਹੋ ਗਿਆ ਹੋਇਆ, ਪਿਓ ਸਾਡਾ ਹੋਇਆ, ਨੰਬਰਦਾਰਾਂ ਦਾ ਨਹੀਂ। ਕੌਣ ਕਰ ਰਿਹਾ? ਮਿੱਤਰਾ ਸਵਾਲ ਕੀਤਾ। ਬੁਸ਼ਰਾ ਆਖਿਆ, ਆਪੇ ਕਰਨਾ ਹੈ, ਮੈਂ ਜੋ ਕਰ ਰਹੀ ਹਾਂ। ਹਾਲਾਂ ਫਿਰ ਮੈਂ ਹੁਣੇ ਜਾ ਕੇ ਨਸੀਬ ਨੂੰ ਸਮਝਾ ਦਿੰਦੀ ਹਾਂ। ਮਿੱਤਰਾ ਉੱਠ ਕੇ ਜਾਣ ਲੱਗੀ। ਬੁਸ਼ਰਾ ਫਿਰ ਪੱਕੀ ਕੀਤੀ, ਭਾਈ ਨੂੰ ਆਖੀ ਬੜੇ ਆਰਾਮ ਨਾਲ ਨੰਬਰਦਾਰ ਨੂੰ ਸਮਝਾ ਦੇਵੇ ਤੇ ਆਖੇ ਸਾਡੇ 'ਚ ਰਿਵਾਜ਼ ਨਹੀਂ ਕਿਸੇ ਦੂਜੇ ਕੋਲੋਂ ਮਰਨੇ ਉੱਤੇ ਰੋਟੀ ਲੈਣ ਦਾ। ਬੁਸ਼ਰਾ ਜਿਵੇਂ ਤੂੰ ਆਖੀ ਇੰਜੀ ਹੋਏਗਾ। ਮਿੱਤਰਾ ਚਲੀ ਗਈ। ਮਿੱਤਰਾ ਤੇ ਬੁਸ਼ਰਾ ਦੀ ਹੌਲੀ ਹੌਲੀ ਗੱਲ ਕਰਨ ਉੱਤੇ ਬੁਸ਼ਰਾ ਦੀ ਛੋਟੀ ਭਰਜਾਈ ਪੀਨੋ ਨੂੰ ਪਰੇਸ਼ਾਨੀ ਹੋਈ ਕਿ ਦੋਵੇਂ ਨਨਾਣ ਭਰਜਾਈ ਕੀ ਮਨਸੂਬਾ ਬਣਾਇਆ ਹੋਇਆ ਹੈ ਭਲਾ। ਤੇ ਉੱਠ ਕੇ ਬੁਸ਼ਰਾ ਦੇ ਕੋਲ ਆ ਗਈ ਤੇ ਪੁੱਛਿਆ, ਕੀ ਗੱਲ ਹੈ ਬੁਸ਼ਰਾ? ਮਿੱਤਰਾ ਬੜੀ ਉੱਚੀ ਉੱਚੀ ਬੋਲਦੀ ਸੀ। ਬੁਸ਼ਰਾ ਦੱਸਿਆ, ਕੋਈ ਗੱਲ ਨਹੀਂ ਸੀ, ਕੂਲਾ ਦੀ ਰੋਟੀ ਕੋਈ ਹੋਰ ਲੈਣਾ ਚਾਹੁੰਦਾ ਹੈ। ਮੈਂ ਵੱਡੀ ਭਾਬੀ ਨੂੰ ਆਖਿਆ ਵੱਡੇ ਭਰਾ ਨਸੀਬ ਨੂੰ ਸਮਝਾ ਦੇਵੇ ਕਿ ਕਿਸੇ ਦੀਆਂ ਗੱਲਾਂ 'ਚ ਨਾ ਆਵੇ, ਅਸੀਂ ਆਪਣੇ
अपना सोग आप ही भुगतांगे ते होर की। पीनो भी बुशरा दी हिमायत आके मैं भी हुणे जाके फरहाद नूं पासे करके उहदे कन्न खिचणी आ, किधरे एवें हां ना करदे फिरन। जद पीनो भी चली गई ते बुशरा नूं तसली होई ते उहदा दिल उहने दिल च सोचा, लै नंबरदारा पहली लत तेरी नंबरदारी उत्ते वज्जण लगी हो ते दूजी लत तेरे सीने च वज के आकड़ भी भांदे वेंगी देवेगी, तैनूं किहड़ी गल उत्ते माण है। सोग की रोटी तो इनकार सुन के नंबरदार वाजिद को ज्यादा अफसोस नूरी नू आया। शाम नू जद नूरा घर आया तो अपना अफसोस अपनी घरवाली नाल कीता। मलूका भी सुन लिया तो मां तो पहले ही बोल पई, अब्बा नंबरदार की पक पूरन नाल की लभदा है? बाप हबीब फराद नसीब तो बुशरा का मरिया तो नंबरदार की रोटी पकानी चाहता कि बुशरा भुखी मरती फिरती है जो नंबरदार नू हमदर्दी जागी है? अब्बा तैनू भी ना मैं की आखा, तेरिया इन्हों गलों तो बुशरा का झुग्गा सातों दूर रहा है। ये आख के मलूका अंदर चली गई तो चुल्हे लागे बैठी बशीरा भी मलूकों की गल नूं अगे तोरिया, ठीक आखदी है साडी मलूका, धी दे लेखा उत्ते तू कल कमल रहा नूरिया। नूरा जिहड़ा हुण तक चुप सी तड़प के बोलिया, मैं की आख दिता, तुसीं दोवें मां धी मैनूं बूझे मारन लग पईआं जी, नंबरदारां नाल वैर कीता जा सकदा? तुसीं दे कमलियां जी। बशीरा नूं जिवें नवीं खिच चढ़ गई तो बोली, वैर करन नूं कौन आखदा, असीं ते चाहुंदी आं वस्त चंगी बंदी गल नंबरदारां नूं जाके ना सुनाया कर। की भला जे मैं ना जाके सुनावां ते नंबरदारां नूं मालूम नहीं होएगा? खाण खसमां नूं मालूम होवे ना होवे सानूं की लगे, बस तूं अपनी जुबान बंद रख्या कर। बशीरा नाल भांडे जड़े हुणे हुणे शाम की रोटी खावण मगरों खाली होए सन चुके अंदर चली गई। नूरा चुल्हे की बुझदी अग नूं वेखता रहा ते सोचता रहा। उस रात जद नंबरदार वाजिद सौण लई लम्मा पिया तो उहदियां अखां विचों नींदर किधरे उड पुट गई सी। एक ते हुसन बुशरा दा बार बार अखां सामने आके खलो जांदा सी ते दूजा फकीरिया की फूड़ी ते लोकां दे सामने फकीरिया दे बालां कूलां दी रोटी लैण तों ना आके हीणी कर दित्ती। इंज की मदद करन लई मैं जिहनूं भी आखदा उहने मेरा एहसान समझणा सी ते मेरी सारी उमर पैर धो धो पीने सन, पर फकीरिया दे बालां नूं माण किहड़ी गल दा है? मेरा आख्या ठुकरा के उहनां अपनी बर्बादी खरीद लई। नंबरदार वाजिद नूं घड़ी मुड़ी गुस्से दा दौरा पैंदा तां उठ के बह जांदा, सोचदा ते फिर ठंडा हुंदा। उहदा जी करदा इस बेवकूफ टब्बर नूं ऐसी सज़ा देवां कि याद रखण ते दूजी बस्ती वालियां नूं वी कन्न हो जाण, अगों तो किसी नूं मेरी आखी ना मन्नण दी जुरत ना होवे। नाल एक दूजा ख्याल उभरदा, फकीरिया दे टब्बर नूं सज़ा दित्ती तां बुशरा तो दूरी होर ज़्यादा हो जावण दा डर नंबरदार नूं कोई ऐसा पैर पुट्टण तों रोक दिंदा। बुशरा नूं अपने काबू करन लई बेसबरा हो रहा सी। बुशरा दे हुसन दा जादू नंबरदार नूं पूरी तरह चंबड़ गया होया सी। उहनूं अफसोस हो रहा सी कि बुशरा दे विआह तों पहले उहदी नज़र च बुशरा क्यों नहीं सी आई। फिर आपे जवाब दिंदा, वेखी ते मैं है सी पर उस वेले भी इहदे हुसन इह जान कढ लई सी, पर इलैक्शन दे रुझेवें उधर ध्यान ही नहीं गया। इह सियासत भी मूँह नूं लगी रत वाले सुआद की गल है। मैनूं बुशरा दे नेड़े होण लई जां उहनूं अपने नेड़े लिआउण लई कोई राह लभणी चाहीदी है। बुशरा दे भरावां नूं आख्या भी सी कि बुशरा नूं रियाज़ कोलों तलाक लै दिओ, पर उह निकम्मे निकले। हुण मैनूं आप ही कुछ करना पएगा। कुछ करन वाली गल उहनूं समझ नहीं आ रही कि की करे। अचनचेत नंबरदार दे दिमाग च ख्याल आया कि बुशरा बेवा कीती जा सकती है, बेवा नाल हमदर्दी जताउण दा हक भी जायज़ है। इस ख्याल उत्ते नंबरदार नूं थोड़ी खुशी होई। उहने नफरत नाल सोचिया, चीज़ मेरे पिंड दी है बुशरा, पर मल मारी फिरदा कमीना सेठ, रियाज़ ते एवें दा नां दा खावन दे, मैनूं इह कब्ज़ा छुडाणा पएगा। उहनूं याद आया जदों सदर फैक्टरी वास्ते सेठ रहमान जमीन खरीदन आया सी, किन्ना मेहरबान ते मिठा सी, वड्डे होटलां च दावतां करदा सी ते मेरा बेली बन गया सी, ते हुण काम निकलण मगरों मेरे ही हक उत्ते डाके मारन लग पिया। इस डाकू नाल भी दो दो हथ करने पैणगे। गुस्से ते नफरत नाल नंबरदार दे मूहों कुछ उच्ची लफज निकले। उसे वेले रोजीना कमरे च आई ते पुछे, किहदे नाल गल्लां कर रहे हो? किसी नाल भी नहीं, नंबरदार आख्या, बस एवें कुछ सियासी गल्लां, तेरी सहेली सौं गई है? अम्मी कोल बैठी हाँ सां, असी दोवें अजे हुण ही उठ के गई है, हानी अपने कमरे च असी गल्लां ही कर रही सी। कैसियां गल्लां? अम्मी नाल होईयां तुहाडियां? हानी अपनियां गल्लां ही सुनाईयां होणगियां।
ਹਰ ਕਿਸਮ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਅੰਮੀ ਦਾ ਜ਼ੋਰ ਸੀ ਆਪਣੀ ਕਨੀਜ਼ਾ ਦਾ ਵਿਆਹ ਹੋ ਜਾਏ ਤੇ ਉਹ ਵੀ ਆਪਣੇ ਘਰ ਵਾਲੀ ਬਣ ਜਾਏ। ਰੋਜ਼ੀਨਾ ਕਨੀਜ਼ਾ ਦੀ ਅੰਮੀ ਦਾ ਫਿਕਰ ਦੱਸਿਆ। ਅੰਮੀ ਦੀ ਫਿਕਰ ਦਰੁਸਤ ਨੇ, ਨੰਬਰਦਾਰ ਆਖਿਆ, ਪਰ ਕਨੀਜ਼ਾ ਵੀ ਤੇ ਵਿਆਹ ਲਈ ਰਾਜ਼ੀ ਹੋਵੇ। ਹੋ ਜਾਏਗੀ ਰਾਜ਼ੀ, ਧੀਆਂ ਦਾ ਕੀ ਏ, ਅਸੀਂ ਰਿਸ਼ਤਾ ਵੇਖੀਏ ਤੇ ਸਹੀ। ਰੋਜ਼ੀਨਾ ਆਖਿਆ, ਤੇ ਰਿਸ਼ਤੇ ਸਾਹਮਣੇ ਆਉਣ ਨਾਲ ਕੁੜੀਆਂ ਆਪਣਾ ਫੈਸਲਾ ਬਦਲ ਲੈਂਦੀਆਂ ਨੇ। ਅੱਛਾ ਜੀ, ਨੰਬਰਦਾਰ ਮੁਸਕਰਾ ਕੇ ਆਖਿਆ ਤੇ ਰੋਜ਼ੀਨਾ ਵੀ ਕੁਝ ਸ਼ਰਮਾ ਗਈ ਤੇ ਬੋਲੀ, ਕੁੜੀਆਂ ਚਿੜੀਆਂ ਵਾਂਗ ਆਲੀਆਂ ਭੋਲੀਆਂ ਹੁੰਦੀਆਂ ਨੇ, ਥੋੜ੍ਹਾ ਬਹੁਤਾ ਚੂੰ ਚਾਂ ਕਰਕੇ ਸਬਰ ਸ਼ੁਕਰ ਕਰ ਲੈਂਦੀਆਂ ਨੇ। ਮੁੰਡੇ ਹੁੰਦੇ ਨੇ ਜਿਹੜੇ ਆਪਣੀ ਮਰਜ਼ੀ ਆਈ ਉੱਤੇ ਕੁਝ ਦਾ ਕੁਝ ਸੋਚ ਲੈਂਦੇ ਨੇ। ਤੂੰ ਕਨੀਜ਼ਾ ਨਾਲ ਆਪ ਗੱਲ ਕਰ, ਨੰਬਰਦਾਰ ਆਖਿਆ, ਕਿਹੜੇ ਮੂੰਹ ਬੋਲਦੀ ਹੈ। ਅੰਮੀ ਦੱਸਿਆ ਕਿ ਅਜੇ ਕਨੀਜ਼ਾ ਵਿਆਹ ਵਾਸਤੇ ਰਾਜ਼ੀ ਨਹੀਂ ਤੇ ਮੈਂ ਵੀ ਕਰਾਂਗੀ ਗੱਲ। ਰੋਜ਼ੀਨਾ ਸਲਾਹ ਦਿੱਤੀ, ਪਹਿਲੇ ਕੋਈ ਰਿਸ਼ਤਾ ਤੇ ਹੱਥ 'ਚ ਹੋਵੇ। ਮੇਰਾ ਖਿਆਲ ਏ ਹਾਨੀ ਦਾ ਭਰਾ ਹੈ ਜਮਸ਼ੇਦ, ਡਾਕਟਰ ਹੈ ਅੱਖਾਂ ਦਾ, ਸ਼ਹਿਰੀ ਜਾਇਦਾਦ ਵੀ ਬਥੇਰੀ ਏ, ਚੰਗੇ ਲੋਕ ਨੇ। ਜਮਸ਼ੇਦ ਵੀ ਸੋਹਣਾ ਗੱਭਰੂ ਜਵਾਨ ਏ, ਸਾਡੀ ਕਨੀਜ਼ਾ ਤੇ ਨੂੰ ਖੁਸ਼ ਰੱਖੇਗਾ। ਹਾਨੀ, ਨੰਬਰਦਾਰ ਹੁੰਗਾਰਾ ਭਰਿਆ, ਤੇਰੀ ਸਹੇਲੀ ਕੀ ਦੱਸਦੀ ਏ, ਉਹ ਸੈਰ ਕਰਨ ਜਾਂਦੀ ਰਹੀ ਏ ਕਨੀਜ਼ਾ ਨਾਲ, ਉਸ ਵੀ ਤੇ ਕੋਈ ਗੱਲ ਕੀਤੀ ਹੋਣੀ ਆਪਣੇ ਭਰਾ ਦੀ ਕਨੀਜ਼ਾ ਨਾਲ। ਨਹੀਂ ਹਾਨੀ, ਸਾਡੀ ਮਰਜ਼ੀ ਤੋਂ ਬਿਨਾਂ ਕਿਵੇਂ ਗੱਲ ਕਰ ਸਕਦੀ ਏ। ਉਸ ਕਨੀਜ਼ਾ ਨਾਲ ਕੋਈ ਗੱਲ ਨਹੀਂ ਕੀਤੀ। ਰੋਜ਼ੀਨਾ ਗੱਲਾਂ ਗੱਲਾਂ 'ਚ ਇਹ ਵੀ ਦੱਸ ਦਿੱਤਾ ਕਿ ਕਨੀਜ਼ਾ ਹਾਨੀ ਨਾਲ ਫਕੀਰੀਆਂ ਦੇ ਘਰ ਵੀ ਗਈ ਸੀ ਬੁਸ਼ਰਾ ਨੂੰ ਮਿਲਣ। ਬੁਸ਼ਰਾ ਨੂੰ ਮਿਲਣ? ਨੰਬਰਦਾਰ ਨੂੰ ਚੰਬਾ ਹੋਇਆ, ਉਹ ਕਿਉਂ? ਸੈਰ ਕਰਨ ਨਿਕਲੀਆਂ ਸਨ ਆਪਣੀਆਂ ਜ਼ਮੀਨਾਂ ਤੇ ਬਾਗ ਨੂੰ ਤੇ ਕਾਰ ਦੀ ਰਾਹ ਬਸਤੀ ਵਿੱਚੋਂ ਹੀ ਜਾਂਦੀ ਏ, ਉੱਧਰ ਗਈਆਂ ਤੇ ਬੁਸ਼ਰਾ ਦੇ ਖਿਆਲਾਂ ਤੋਂ ਬੜੀ ਮੁਤਾਸਰ ਹੋ ਕੇ ਆਈ ਏ। ਭੈਣ ਭਰਾਵਾਂ ਦੀ ਤਾਰੀਫ ਕਰਦੀ ਏ ਕਿ ਬੱਕਰਵਾਲ ਪਿੰਡ ਟੱਬਰ ਵਿੱਚ ਇਹੋ ਜਿਹੀ ਸੂਝਵਾਨ ਵੀ ਪੈਦਾ ਹੋ ਸਕਦੇ ਨੇ। ਰੋਜ਼ੀਨਾ ਆਪਣੇ ਖਿਆਲ ਦੱਸ ਕੇ ਆਖਿਆ ਸੀ, ਕਨੀਜ਼ਾ ਵੀ ਤੇ ਉਹਦਾ ਉਹਨਾਂ ਦੋਵਾਂ ਭੈਣ ਭਰਾਵਾਂ ਦੇ ਖਿਆਲਾਂ ਦੀ ਹਮਾਇਤਣ ਏ। ਨੰਬਰਦਾਰ ਦੇ ਅੰਦਰ ਜਿਵੇਂ ਕੋਈ ਹਲਚਲ ਹੋਣ ਲੱਗ ਪਈ। ਉਸ ਝੱਟ ਪੁੱਛਿਆ, ਬੁਸ਼ਰਾ ਦੇ ਕਿਹੜੇ ਭਰਾ, ਹਬੀਬ ਦੀ ਗੱਲ ਤੇ ਨਹੀਂ ਕਰ ਰਹੀ ਤੂੰ? ਪਤਾ ਨਹੀਂ, ਦੱਸਦੇ ਨੇ ਬੱਕਰੀਆਂ ਵਿੱਚ ਰਾਵਣ ਲੈ ਜਾਂਦਾ ਤੇ ਯੂਨੀਵਰਸਿਟੀ 'ਚ ਵੀ ਪੜ੍ਹਦਾ। ਹੂੰ, ਨੰਬਰਦਾਰ ਆਖਿਆ, ਹਬੀਬ ਏ ਉਹਦਾ ਨਾਂ। ਨੰਬਰਦਾਰ ਦੇ ਅੰਦਰੋਂ ਇੱਕ ਆਵਾਜ਼ ਉਭਰੀ, ਸੌਦਾ ਹੋ ਸਕਦਾ, ਜੇ ਕਨੀਜ਼ਾ ਹਬੀਬ ਨੂੰ ਪਸੰਦ ਕਰਦੀ ਏ ਤੇ ਫਿਰ ਬੁਸ਼ਰਾ ਨੂੰ ਨੇੜੇ ਕਰਨਾ ਸੌਖਾ ਹੋ ਸਕਦਾ। ਪਰ ਨਾਲ ਇੱਕ ਦੂਜੇ ਖਿਆਲ ਨਾਲ ਉਹਨੂੰ ਆਪਣੀ ਬੇਇੱਜ਼ਤੀ ਹੁੰਦੀ ਮਹਿਸੂਸ ਹੋਈ। ਇੱਕ ਬੱਕਰਵਾਲ ਨੂੰ ਭੈਣ ਦਾ ਰਿਸ਼ਤਾ ਦੇ ਕੇ ਬਰਾਦਰੀ 'ਚ ਤੇ ਮੇਰਾ ਠੱਠਾ ਬਣ ਜਾਏਗਾ। ਨੰਬਰਦਾਰ ਨੂੰ ਕਈ ਖਿਆਲ ਆਏ ਤੇ ਕਈ ਗਏ। ਉਹਨੂੰ ਇਹ ਵੀ ਖਿਆਲ ਆਇਆ, ਜੇ ਕਨੀਜ਼ਾ ਜ਼ਿੱਦ ਕਰ ਲਈ ਜਾਂ ਆਪਣੀ ਮਰਜ਼ੀ ਨਾਲ ਹਬੀਬ ਨੂੰ ਝੱਟ ਚੁਣ ਲਿਆ ਤੇ ਬੜੀ ਮਾੜੀ ਗੱਲ ਹੋਏਗੀ। ਹਬੀਬ ਨੂੰ ਡਰਾਇਆ ਧਮਕਾਇਆ ਤੇ ਬੁਸ਼ਰਾ ਹੱਥ ਨਹੀਂ ਆਉਣੀ। ਨੰਬਰਦਾਰ ਸੋਚਾਂ 'ਚ ਡੁੱਬ ਗਿਆ। ਕੀ ਸੋਚਣ ਲੱਗ ਪਏ ਹੋ, ਰੋਜ਼ੀਨਾ ਪੁੱਛਿਆ ਤਾਂ ਨੰਬਰਦਾਰ ਕੁਝ ਨਹੀਂ ਬੋਲਿਆ, ਫਿਰ ਆਪੀ ਆਖਿਆ, ਸੌਣ ਲੱਗਾ। ਰੋਜ਼ੀਨਾ ਵੀ ਫਿਰ ਚੁੱਪ ਕਰ ਗਈ ਤੇ ਸੌਣ ਦੀ ਤਿਆਰੀ ਕੀਤੀ, ਪਰ ਨੰਬਰਦਾਰ ਦੀਆਂ ਅੱਖਾਂ ਵਿੱਚ ਤੇ ਨੀਂਦਰ ਨਿਕਲ ਗਈ ਹੋਈ ਸੀ। ਫਿਰ ਪਤਾ ਨਹੀਂ ਕਿਹੜੇ ਵੇਲੇ ਅੱਖ ਲੱਗੀ ਜਾਂ ਨਹੀਂ। ਸਵੇਰੇ ਅੱਖ ਖੁੱਲ੍ਹੀ ਤਾਂ ਪਹਿਲੀ ਖਬਰ ਮੌਲਵੀ ਫਜ਼ਲ ਕਰੀਮ ਦੀ ਬੀਵੀ ਰੋਂਦੀ ਆਈ। ਉਸ ਦੱਸਿਆ, ਮੀਆਂ ਜੀ ਆਪਣੇ ਪੁੱਤਰ ਨਾਲ ਕਿਸੇ ਸੋਗ ਕਰਨ ਗਏ ਸਨ, ਉੱਥੇ ਨਮਾਜ਼ ਜਨਾਜ਼ਾ ਪੜ੍ਹਦਿਆਂ ਧਮਾਕਾ ਹੋਇਆ, ਦੋਵੇਂ ਪਿਓ ਪੁੱਤਰ ਸ਼ਹੀਦ ਹੋ ਗਏ ਨੇ। ਮੌਲਵੀ ਫਜ਼ਲ ਕਰੀਮ ਵੀ ਬੀਵੀ ਨੂੰ ਚੁੱਪ ਕਰਾਉਣਾ ਔਖਾ ਹੋ ਰਿਹਾ ਸੀ ਤੇ ਉਹ ਰੋਂਦੀ ਦੱਸਿਆ, ਕੁਝ ਦਿਨ ਪਹਿਲਾਂ ਮੌਲਵੀ ਹੁਸਨਦੀਨ ਧਮਕੀ ਦੇ ਕੇ ਗਿਆ ਸੀ ਤੇ ਮੈਂ ਤੇ ਬਥੇਰਾ ਆਖਿਆ ਸੀ ਸ਼ਹਿਰ ਚਲੇ ਜਾਂਦੇ ਹਾਂ। ਉਸ ਦੋਵਾਂ ਮੌਲਵੀਆਂ ਵਿਚਕਾਰ ਹੋਈ ਸਾਰੀ ਗੱਲਬਾਤ ਨੰਬਰਦਾਰ ਨੂੰ ਸੁਣਾਈ। ਨੰਬਰਦਾਰ ਨੂੰ ਅਫਸੋਸ ਹੋਇਆ ਤੇ ਆਪਣੇ ਬੰਦਿਆਂ ਨੂੰ ਮੌਲਵੀ ਫਜ਼ਲ ਕਰੀਮ ਤੇ ਉਹਦੇ ਪੁੱਤਰ ਦੀ ਲਾਸ਼ ਲੈਣ ਲਈ ਸ਼ਹਿਰ ਘੱਲਿਆ ਤੇ ਕੁਝ ਸ਼ਹਿਰੀ ਦੋਸਤਾਂ ਬੇਲੀਆਂ ਤੇ ਪੁਲਿਸ ਦੇ ਅਫਸਰਾਂ ਨੂੰ ਫੋਨ ਕਰਕੇ ਹਾਲਾਤ ਪਿੱਛੇ ਤੇ ਲਾਸ਼ਾਂ ਬਾਰੇ ਵੀ ਮਾਲੂਮ ਕਰਵਾਇਆ ਕਿ ਕਿਵੇਂ ਲਾਸ਼ਾਂ ਮਿਲ ਸਕਦੀਆਂ ਨੇ। ਨੰਬਰਦਾਰ ਆਪਣੇ ਬੰਦਿਆਂ ਤੋਂ ਇਹ ਵੀ ਪਤਾ ਕਰਵਾ ਲਿਆ ਕਿ ਮੌਲਵੀ ਹੁਸਨਦੀਨ ਤੇ ਪਿਛਲੇ 15-16 ਦਿਨਾਂ ਤੋਂ ਘਰੋਂ ਨਿਕਲਿਆ ਹੋਇਆ। ਉਹਦੇ ਘਰ ਵਾਲੇ ਫਿਕਰਮੰਦ ਨੇ ਤੇ ਨੰਬਰਦਾਰ ਨੂੰ ਪੱਕਾ ਯਕੀਨ ਹੋ ਗਿਆ ਕਿ ਆਪਣੇ ਪੁੱਤਰ ਦਾ ਬਦਲਾ ਲੈਣ ਲਈ ਮੌਲਵੀ ਹੁਸਨਦੀਨ ਖੁਦਕਸ਼ ਧਮਾਕਾ ਕੀਤਾ ਹੈ। ਮੌਲਵੀ ਹੁਸਨਦੀਨ ਇੱਕ ਦੋ ਵਾਰ ਨੰਬਰਦਾਰ ਅੱਗੇ ਸ਼ਿਕਾਇਤ ਵੀ ਕੀਤੀ ਸੀ ਕਿ ਨੰਬਰਦਾਰ ਜੀ ਵੇਖ ਲਓ, ਤੁਸੀਂ ਆਪੇ ਇਨਸਾਫ਼ ਕਰੋ, ਮੇਰੇ ਪੁੱਤਰ ਨੂੰ ਤੇ ਮੌਲਵੀ ਫਜ਼ਲ ਖੁਦਕਸ਼ ਬੰਬਾਰ ਬਣਾਉਣ ਲਈ ਤਹਿਰੀਕ ਦੇ ਹਵਾਲੇ ਕਰਵਾ ਦਿੱਤਾ ਸੀ ਤੇ ਹੁਣ ਆਪਣੇ ਪੁੱਤਰ ਦੀ ਵਾਰੀ ਆਈ ਹੈ ਤੇ ਟਾਲ ਮਟੋਲ ਕਰ ਰਿਹਾ। ਨੰਬਰਦਾਰ ਮੌਲਵੀ ਹੁਸਨ ਨੂੰ ਤਸੱਲੀ ਸੀ ਕਿ ਫਜ਼ਲ ਕਰੀਮ ਨਾਲ ਗੱਲ ਕਰੇਗਾ, ਪਰ ਨਾ ਹੀ ਗੱਲ ਕਰਨ ਦਾ ਨੰਬਰਦਾਰ ਨੂੰ ਮੌਕਾ ਮਿਲਿਆ ਤੇ ਨਾ ਹੀ ਯਾਦ ਰਿਹਾ। ਨੰਬਰਦਾਰ ਦੇ ਕਿਸੇ ਹੋਰ ਖਿਆਲ ਵਿੱਚ ਸੀ, ਉੱਤੋਂ ਧਮਾਕੇ ਵਾਲੀ ਮੁਸੀਬਤ ਆ ਪਈ। ਉਸ ਸੋਚਿਆ, ਜੇ ਸਾਰਾ ਕੁਝ ਇੰਜ ਹੀ ਖੁੱਲ੍ਹਾ ਛੱਡ ਦਿੱਤਾ ਤੇ ਹੋ ਸਕਦਾ ਦੋਵਾਂ ਮੌਲਵੀਆਂ ਦੇ ਘਰਾਂ ਵਾਲੇ ਇਹ ਵੀ ਪੁਲਿਸ ਨੂੰ ਦੱਸ ਦੇਣ ਕਿ ਦੋਵੇਂ ਮੌਲਵੀ ਨੰਬਰਦਾਰ ਕੋਲੋਂ ਮਾਲੀ ਮਦਦ ਲੈਂਦੇ ਰਹੇ ਨੇ, ਤੇ ਜੇ ਗੱਲ ਖੁੱਲ੍ਹ ਗਈ ਤਾਂ ਬੜੀ ਨਮੋਸ਼ੀ ਹੋਏਗੀ ਤੇ ਹੋ ਸਕਦਾ ਹੈ
ਬੈਨ ਨਾਲਾ ਕੌਮੀ ਸਤਾ ਉੱਤੇ ਮੈਨੂੰ ਵੀ ਸ਼ਿੱਦਤ ਪਸੰਦਾਂ ਦੀ ਮਦਦ ਕਰਨ ਦੀ ਵਜ੍ਹਾ ਤੋਂ ਦੁਨੀਆ ਮੈਨੂੰ ਅਮਨ ਵੈਰੀ ਸਮਝ ਲਏ। ਇਸੇ ਡਰ ਤੋਂ ਨੰਬਰਦਾਰ ਨਸ ਭੱਜ ਕਰਕੇ ਸਾਰੇ ਮਾਮਲੇ ਨੂੰ ਆਪਣੇ ਤੋਂ ਪਰਾਂ ਰੱਖਣ ਦੀ ਕੋਸ਼ਿਸ਼ ਕੀਤੀ। ਦੋਵਾਂ ਮੌਲਵੀਆਂ ਦੇ ਘਰ ਵਾਲਿਆਂ ਨੂੰ ਡਰਾਇਆ ਸਮਝਾਇਆ ਕਿ ਜੇ ਕਿਸੇ ਤੁਹਾਨੂੰ ਸ਼ਨਾਖਤ ਲਈ ਆਖਿਆ ਤਾਂ ਮੁੱਕਰ ਜਾਇਆ ਜੇ। ਪਹਿਲੀ ਗੱਲ ਇਹ ਵੇ ਕਿ ਮੈਂ ਉਹ ਵੇਲਾ ਹੀ ਨਹੀਂ ਆਉਣ ਦਿਆਂਗਾ ਕਿ ਕੋਈ ਤੁਹਾਨੂੰ ਪੁੱਛੇ ਜੇ ਮੌਕਾ ਆਇਆ ਤਾਂ ਦੱਸ ਦਿਆ ਜੇ ਕਿ ਸਾਨੂੰ ਕੁਝ ਨਹੀਂ ਪਤਾ। ਉਹ ਮੌਲਵੀ ਬਾਹਰ ਕੀ ਕਰਦੇ ਸੀ ਜਾਂ ਕਰ ਰਹੇ ਸੀ ਨੰਬਰਦਾਰ ਦੇ ਸਮਝਾਉਣ ਤੇ ਦੋਵਾਂ ਮੌਲਵੀਆਂ ਦੇ ਘਰ ਵਾਲਿਆਂ ਨੂੰ ਸਮਝ ਆ ਗਈ ਤਾਂ ਰੋ ਧੋ ਕੇ ਸਬਰ ਕਰ ਗਏ। ਇਸ ਸਾਰੇ ਝਮੇਲੇ 'ਚ ਫਕੀਰੀਆ ਦਾ ਕੱਲ੍ਹ ਦਸਵਾਂ ਵੀ ਹੋ ਗਿਆ। ਬੁਸ਼ਰਾ ਨਾਲ ਮੁਲਾਕਾਤ ਕਰਨ ਦਾ ਮੌਕਾ ਨਾ ਮਿਲਿਆ। ਹਬੀਬ ਤੇ ਕਨੀਜ਼ਾ ਦੇ ਤਾਲੁਕਾਤ ਬਾਰੇ ਵੀ ਕੁਝ ਜ਼ਿਆਦਾ ਸੋਚ ਨਾ ਸਕਿਆ। ਜਦ ਨੰਬਰਦਾਰ ਨੂੰ ਪਤਾ ਲੱਗਾ ਕਿ ਬੁਸ਼ਰਾ ਆਪਣੇ ਬਾਪ ਦੇ ਮਰਨ ਮਗਰੋਂ ਆਪਣੀ ਮਾਂ ਅਤੇ ਭਰਾ ਹਬੀਬ ਨੂੰ ਆਪਣੇ ਨਾਲ ਸ਼ਹਿਰ ਲੈ ਗਈ ਅਤੇ ਆਪਣੀਆਂ ਬੱਕਰੀਆਂ ਮਜੀਦ ਨਸ਼ਈ ਨੂੰ ਇਸ ਸ਼ਰਤ ਉੱਤੇ ਉਧਾਰੇ ਦੇ ਦਿੱਤੀਆਂ ਕਿ ਉਹ ਨਸ਼ਾ ਨਹੀਂ ਕਰੇਗਾ। ਮਜੀਦ ਵਾਅਦਾ ਕਰ ਲਿਆ ਅਤੇ ਕੁਰਾਨ ਉੱਤੇ ਹੱਥ ਰੱਖ ਕੇ ਐਦ ਕੀਤਾ ਕਿ ਉਹ ਨਸ਼ਾ ਵੀ ਨਹੀਂ ਕਰੇਗਾ ਅਤੇ ਜੂਆ ਵੀ ਨਹੀਂ ਖੇਡੇਗਾ। ਕੁਝ ਬੱਕਰੀਆਂ ਬੁਸ਼ਰਾ ਹੋਰ ਮਾੜੇ ਬੰਦੇ ਨੂੰ ਉਧਾਰ ਦਿੱਤੀਆਂ। ਬੁਸ਼ਰਾ ਅਤੇ ਹਬੀਬ ਦੇ ਇਸ ਅਮਲ ਉੱਤੇ ਬਸਤੀ ਵਾਲੇ ਬੜੇ ਖੁਸ਼ ਹੋਏ, ਪਰ ਉਹਨਾਂ ਦੇ ਬਸਤੀ ਤੋਂ ਨਿਕਲਣ ਵਾਲੇ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਸਨ। ਬੁਸ਼ਰਾ ਦੇ ਸ਼ਹਿਰ ਚਲੇ ਜਾਣ 'ਤੇ ਨੰਬਰਦਾਰ ਨੂੰ ਬਹੁਤ ਅਫਸੋਸ ਹੋਇਆ। ਅਗਲੇ ਦਿਨ ਹਾਨੀ ਅਤੇ ਰੋਜ਼ੀਨਾ ਵੀ ਵਾਪਸ ਤੁਰ ਗਈਆਂ। ਮੌਲਵੀਆਂ ਦੇ ਮਸਲੇ ਕਾਰਨ ਨੰਬਰਦਾਰ ਇੱਥੇ ਰੁਕ ਗਿਆ। ਅਖੀਰਲਾ ਅੰਗ 26। ਫਕੀਰੀਆ ਦੀ ਮੌਤ ਮਗਰੋਂ 3 ਮਹੀਨੇ ਨੰਬਰਦਾਰ ਇਸਲਾਮਾਬਾਦ ਜਾ ਕੇ ਹਕੂਮਤੀ ਕੰਮਾਂ 'ਚ ਰੁੱਝਿਆ ਰਿਹਾ। ਹਕੂਮਤ ਵਿਰੋਧੀ ਧੜਾ ਅੱਤ ਚੁੱਕੀ ਬੈਠਾ ਸੀ। ਕਦੀ ਜਲੂਸ, ਕਦੀ ਬਿਆਨਬਾਜ਼ੀ 'ਚ ਧਮਕੀਆਂ, ਲੌਂਗ ਮਾਰਚ, ਸੂਲ, ਨਾਫਰਮਾਨੀ ਦੀਆਂ ਧਮਕੀਆਂ। ਜਦੋਂ ਹਕੂਮਤ ਵਿਰੋਧੀ ਧੜਾ ਕੋਈ ਜ਼ਿਕਰਯੋਗ ਪੈਰ ਨਾ ਪੁੱਟ ਸਕਿਆ ਤਾਂ ਹਕੂਮਤ ਨੂੰ ਕੁਝ ਸਾਹ ਮਿਲਿਆ। ਨੰਬਰਦਾਰ ਨੂੰ ਪਿੰਡ ਆਉਂਦੀਆਂ ਬੁਸ਼ਰਾ ਦੇ ਖਿਆਲਾਂ ਘੇਰ ਲਿਆ। ਰਾਤ ਵੀ ਉਹਨੂੰ ਲੰਮੇ ਪਏ ਬੁਸ਼ਰਾ ਦੀ ਸੂਰਤ ਬਾਰ ਬਾਰ ਉਹਦੇ ਤਸੱਵਰ 'ਚ ਆਉਂਦੀ। ਨੰਬਰਦਾਰ ਨੂੰ ਇਹ ਵੀ ਸੋਚ ਆਈ ਕਿ ਬੁਸ਼ਰਾ ਵਰਗੇ ਮਸ਼ੂਕਾ ਵਾਸਤੇ ਪੂਰਾ ਜਹਾਨ ਵਾਰਿਆ ਜਾ ਸਕਦਾ। ਇੱਕ ਰੋਟੀ ਕੀ ਚੀਜ਼ ਹੈ, ਜੇ ਬੁਸ਼ਰਾ ਇੱਕ ਵਾਰ ਮੇਰੇ ਨਾਲ ਨੈਣ ਮਿਲਾ ਲਏ ਤਾਂ ਸਭ ਕੁਝ ਉਹਦੇ ਤੋਂ ਵਾਰ ਦੇਵਾਂ। ਉਹਨੂੰ ਖਿਆਲ ਆਇਆ ਕਿ ਉਹ ਨਾ ਹਬੀਬ ਨੂੰ ਕਿਸੇ ਛੋਟੇ ਮੁਕੱਦਮੇ 'ਚ ਫਸਾ ਕੇ ਬੁਸ਼ਰਾ ਨਾਲ ਸੌਦੇਬਾਜ਼ੀ ਕਰ ਲਈ ਜਾਏ, ਪਰ ਅੰਦਰੋਂ ਡਰ ਵੀ ਗਿਆ ਕਿ ਸਿਆਸੀ ਮੁਸਤਕਬਿਲ ਦਾਅ 'ਤੇ ਲੱਗ ਸਕਦਾ। ਅੱਜ ਕੱਲ੍ਹ ਮੀਡੀਆ ਇਹੋ ਜਿਹੇ ਮੌਕੇ ਲੱਭਦਾ ਫਿਰਦਾ, ਮਾਮੂਲੀ ਜਿਹੀ ਗੱਲ ਨੂੰ ਵਧਾ ਵਧਾ ਕੇ ਇੰਨਾ ਉੱਚਾ ਲੈ ਜਾਂਦਾ ਕਿ ਬੰਦਾ ਤੌਬਾ ਕਰਨ ਲੱਗ ਪੈਂਦਾ। ਫਿਰ ਅਦਾਲਤਾਂ ਵੀ ਅੱਜ ਕੱਲ੍ਹ ਭੁਤਰੀਆਂ ਹੋਈਆਂ ਨੇ, ਕੋਈ ਨਾ ਵੀ ਅਰਜ਼ੀ ਦੇਵੇ ਤਾਂ ਆਪਣੇ ਆਪ ਹੀ ਮੁਕੱਦਮਾ ਘੜ ਲੈਂਦੀਆਂ ਨੇ। ਅਤੇ ਮੀਡੀਆ ਬਾਰੇ ਅਸੈਂਬਲੀ 'ਚ ਗੱਲ ਕਰਨ ਦਾ ਨੰਬਰਦਾਰ ਨੇ ਸੋਚ ਲਿਆ। ਕੁਝ ਹੋਏ ਮੈਂਬਰ ਵੀ ਸਾਥ ਦੇਣਗੇ। ਉਹਨੂੰ ਯਕੀਨ ਸੀ ਨੰਬਰਦਾਰ ਨੂੰ ਬੁਸ਼ਰਾ ਵੱਲੋਂ ਆਪਣੀ ਬੇਬਸੀ ਉੱਤੇ ਅਫਸੋਸ ਸੀ, ਪਰ ਉੱਤੋਂ ਮੌਲਵੀਆਂ ਦੀ ਲੜਾਈ ਵੀ ਉਹਨੂੰ ਡਰਾ ਦਿੱਤਾ ਸੀ। ਕਿਧਰੇ ਕਿਸੇ ਮੂੰਹੋਂ ਨੰਬਰਦਾਰ ਬਾਰੇ ਗੱਲ ਨਾ ਖੁੱਲ੍ਹ ਜਾਏ ਕਿ ਦੋਵਾਂ ਮੌਲਵੀਆਂ ਦੀ ਮਦਦ ਕਰਨ ਦਾ ਇਲਜ਼ਾਮ ਲੱਗ ਗਿਆ ਅਤੇ ਸੰਭਾਲਣਾ ਔਖਾ ਹੋ ਜਾਣ ਦਾ ਡਰ। ਮੌਲਵੀਆਂ ਵੱਲੋਂ ਹਟ ਕੇ ਨੰਬਰਦਾਰ ਦਾ ਖਿਆਲ ਆਪਣੀ ਭੈਣ ਕਨੀਜ਼ਾ ਵੱਲ ਗਿਆ। ਪਤਾ ਨਹੀਂ ਕਿਉਂ ਕਨੀਜ਼ਾ ਨੂੰ ਮੇਰੀ ਅਤੇ ਆਪਣੀ ਚਿੰਤਾ ਦਾ ਖਿਆਲ ਨਹੀਂ ਆ ਰਿਹਾ। ਇੱਕ ਬੱਕਰਵਾਲ ਦੀ ਤਾਰੀਫ ਕਰਦੀ ਹੈ ਦਿਲ 'ਤੇ ਕਰਦਾ ਹੈ ਕਨੀਜ਼ਾ ਅਤੇ ਹਬੀਬ ਦਾ ਮੱਕੂ ਠੱਪ ਹੀ ਦਿਆਂ, ਪਰ ਇੰਜ ਬੁਸ਼ਰਾ ਤੋਂ ਦੂਰੀ ਦਾ ਡਰ ਪੈਦਾ ਹੋਇਆ। ਸੋਚ ਸੋਚ ਕੇ ਨੰਬਰਦਾਰ ਫੈਸਲਾ ਕਰ ਲਿਆ ਕਿ ਸਵੇਰੇ ਕਨੀਜ਼ਾ ਨਾਲ ਜਮਸ਼ੇਦ ਬਾਰੇ ਮੈਂ ਆਪ ਗੱਲ ਕਰਾਂਗਾ, ਨਾ ਮੰਨੀ ਤਾਂ ਫਿਰ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ। ਕਨੀਜ਼ਾ ਦੇ ਕਮਰੇ 'ਚ ਮਾਂ ਕਨੀਜ਼ਾ ਨੂੰ ਸਮਝਾਉਣ ਦਾ ਯਤਨ ਕਰ ਰਹੀ ਹੈ, ਧੀਏ ਕੁੜੀਆਂ ਨੇ ਇੱਕ ਨਾ ਇੱਕ ਦਿਨ ਆਪਣਾ ਘਰ ਵਸਾਉਣਾ ਹੀ ਹੁੰਦਾ ਹੈ। ਜਮਸ਼ੇਦ ਚੰਗਾ ਮੁੰਡਾ ਹੈ, ਸਾਡੀ ਹੈਸੀਅਤ ਦਾ ਹੈ, ਤੂੰ ਉਹਨੂੰ ਇੱਕ ਵਾਰ ਵੇਖ ਤੇ ਸਹੀ, ਪਿਆਰ ਨਾਲ ਮਾਂ ਆਖਿਆ। ਹਾਨੀ ਅਤੇ ਰੋਜ਼ੀਨਾ ਆਖਦੀਆਂ ਤੇਰੇ ਜੋੜ ਦਾ ਏ, ਤੇਰੀ ਬੜੀ ਕਦਰ ਕਰੇਗਾ। ਮਾਂ ਕਨੀਜ਼ਾ ਦੇ ਵਾਲਾਂ 'ਚ ਆਪਣੀਆਂ ਉਂਗਲਾਂ ਫੇਰ ਕੇ ਵਾਲ ਸਵਾਰੇ। ਮਾਂ ਫਿਰ ਕਨੀਜ਼ਾ ਨੂੰ ਆਖਿਆ, ਮੈਨੂੰ ਤੇਰੀ ਫਿਕਰ ਰਹਿੰਦੀ ਏ। ਕਨੀਜ਼ਾ ਜਵਾਬ 'ਚ ਆਖਿਆ, ਪਿਆਰੀ ਮਾਂ ਤੂੰ ਮੇਰੀ ਫਿਕਰ ਨਾ ਕਰਿਆ ਕਰ, ਮੈਨੂੰ ਕੀ ਏ, ਚੰਗਾ ਖਾਂਦੀ ਹਾਂ, ਚੰਗਾ ਹੰਡਾਉਂਦੀ ਹਾਂ, ਚੰਗਿਆਂ ਦੇ ਘਰ ਰਹਿੰਦੀ ਹਾਂ, ਅਤੇ ਮੈਨੂੰ ਕੁਝ ਹੋਰ ਸੋਚਣ ਦੀ ਕੀ ਲੋੜ ਏ। ਇੱਕ ਘਰ ਜੋ ਦੱਸ ਰਿਹਾ ਹੈ, ਮੈਂ ਤੇ ਨਾ ਹੀ ਕਿਸੇ ਨੂੰ ਵੇਖਣਾ ਹੈ। ਤਰਲੇ ਪਾਉਂਦੀ ਮਾਂ ਕਨੀਜ਼ਾ ਅੱਗੇ ਹੱਥ ਜੋੜਨਾ ਚਾਹੁੰਦੀ ਸੀ, ਪਰ ਕਨੀਜ਼ਾ ਰੋਕ ਕੇ ਆਖਿਆ, ਮਾਂ ਮੈਨੂੰ ਮਰਨ ਜੋਗਾ ਤੇ ਰਹਿਣ ਦੇ, ਜਿਉਂਦੀ ਜਾਨੇ ਨਾ ਮਾਰ, ਮੈਂ ਵਿਆਹ ਨਹੀਂ ਕਰਾਉਣਾ, ਧਾੜਵੀ ਨਸਲ 'ਚ ਵਾਧਾ ਮੈਂ ਨਹੀਂ ਕਰਨਾ। ਆਜ਼ਿਜ਼ ਹੋਈ ਮਾਂ, ਫਿਰ ਤਰਲਾ ਕਰਦਿਆਂ ਦਲੀਲ ਦਿੱਤੀ, ਤੇਰੀ ਗੱਲ ਮੰਨ ਲਈ, ਤੂੰ ਠੀਕ ਸੋਚਦੀ ਏ, ਕਿ ਤੇਰੇ ਇੱਕ ਦੇ ਸੋਚਣ ਨਾਲ ਧਾੜਵੀ ਨਸਲ ਮੁੱਕਣ ਲੱਗੀ ਹੈ, ਭਲਾ ਕੁਝ ਖਿਆਲ ਕਰ, ਚੱਲ ਤੂੰ ਆਪਣੀ ਮਰਜ਼ੀ ਦੱਸ, ਮੈਂ ਤੇਰੀ ਪਸੰਦ ਦੀ ਖਾਤਰ ਤੇਰੇ ਭਰਾਵਾਂ ਦੇ ਪੈਰੀ ਪੈ ਜਾਵਾਂਗੀ। ਮਾਂ ਮੇਰੇ ਵਾਸਤੇ ਤੂੰ ਕਿਉਂ ਕਿਸੇ ਨਾਲ ਕਿਸੇ ਦੀਆਂ ਮਿੰਨਤਾਂ ਕਰੇ, ਇਹ ਮੈਨੂੰ ਪਸੰਦ ਨਹੀਂ, ਮੇਰੇ ਦਿਲ 'ਚ ਕੋਈ ਗੱਲ ਨਹੀਂ,
ਤੈਨੂੰ ਐਵੇਂ ਫਿਕਰ ਲੱਗੀ ਹੋਈ ਹੈ, ਚੰਗਾ ਕਰੋ ਅਤੇ ਸਾਬਰ ਦਾ ਵਿਆਹ ਕਰ ਦਿਓ। ਰੱਜੋ ਨੂੰ ਮੈਂ ਇਸੇ ਲਈ ਹਵੇਲੀ 'ਚੋਂ ਬਾਹਰ ਕੱਢਿਆ ਹੈ ਅਤੇ ਉਹਦੀ ਸ਼ਾਦੀ ਵੀ ਉਹਦੇ ਮਾਸੀ ਦੇ ਪੁੱਤਰ ਨਾਲ ਹੋ ਗਈ ਹੈ। ਖੁਫੀਆ ਨਿਕਾਹ ਹੋਇਆ, ਸਾਰਿਆਂ ਸਾਹਮਣੇ ਨਿਕਾਹ ਹੁੰਦਾ ਅਤੇ ਖੌਰੇ ਕੋਈ ਬਰਦਾਸ਼ਤ ਨਾ ਕਰਦਾ। ਚੰਗਾ ਹੋਇਆ ਰੱਜੋ ਦਾ ਖਾਵੰਦ ਵੀ ਇਸੇ ਫੈਕਟਰੀ 'ਚ ਕੰਮ ਕਰਨ ਲੱਗਿਆ ਹੈ। ਪੁਰਾਣੀ ਆਥੜੀ ਮੈਂ ਛੁਡਵਾ ਦਿੱਤੀ ਅਤੇ ਬੁਸ਼ਰਾ ਆਪਣੇ ਘਰ ਰੱਜੋ ਦੇ ਹਵਾਲੇ ਕਰ ਗਈ ਹੈ। ਮਾਂ ਨੂੰ ਹੁਣ ਸਮਝ ਆ ਗਈ ਕਨੇਜ਼ਾ ਰੱਜੋ ਨੂੰ ਕਿਉਂ ਨੌਕਰੀ ਤੋਂ ਕੱਢਿਆ ਸੀ। ਧੀਏ ਮੈਂ ਸਾਬਰ ਨਾਲ ਕਰਾਂਗੀ ਗੱਲ ਉਹਦੇ ਵਿਆਹ ਲਈ, ਅਜੇ ਤਾਂ ਮੈਨੂੰ ਤੇਰੀਆਂ ਸੋਚਾਂ ਨੇ, ਮੇਰੇ ਬਾਰੇ ਨਾ ਸੋਚੋ, ਮੈਨੂੰ ਮੇਰੇ ਹਾਲ 'ਤੇ ਰਹਿਣ ਦਿਓ। ਇਸ ਵੇਲੇ ਇਸ ਕਮਰੇ 'ਚ ਮੇਰਾ ਸਾਹ ਔਖਾ ਹੋ ਰਿਹਾ, ਮੈਂ ਛੱਡ ਉੱਤੇ ਖੁੱਲ੍ਹੀ ਹਵਾ 'ਚ ਜਾਣਾ ਚਾਹੁੰਦੀ ਹਾਂ, ਜੇ ਇਜਾਜ਼ਤ ਹੋਵੇ ਤਾਂ ਚਲੇ ਜਾਵਾਂ। ਕੌਣ ਰੋਕਦਾ ਤੈਨੂੰ ਆਪਣੇ ਘਰ ਦੀ ਛੱਤ ਉੱਤੇ ਜਾਵਣ ਤੋਂ? ਚੱਲ ਦੋਵੇਂ ਮਾਵਾਂ ਧੀਆਂ ਉੱਥੇ ਬੈਠ ਕੇ ਗੱਲਾਂ ਕਰਾਂਗੇ। ਨਹੀਂ ਮਾਂ, ਮੈਂ ਇਕੱਲਿਆਂ ਕੁਝ ਦੇਰ ਰਹਿਣਾ ਚਾਹੁੰਦੀ ਹਾਂ। ਮਾਂ ਕਨੀਜ਼ਾ ਦੇ ਜਵਾਬ ਉੱਤੇ ਚੁੱਪ ਹੋ ਗਈ। ਕਨੀਜ਼ਾ ਉੱਠ ਕੇ ਕਮਰਿਓਂ ਬਾਹਰ ਚਲੀ ਗਈ, ਫਿਰ ਪੌੜੀਆਂ ਚੜ੍ਹਦਿਆਂ ਕੁਝ ਪੌੜੀਆਂ ਰਹਿੰਦਿਆਂ ਖਲੋ ਗਈ, ਆਪਣੀ ਹਵੇਲੀ ਨੂੰ ਨਜ਼ਰ ਭਰ ਕੇ ਵੇਖਿਆ। ਉਹਨੂੰ ਇੰਝ ਲੱਗਾ ਜਿਵੇਂ ਇਸ ਘਰ ਹਵੇਲੀ ਨੂੰ ਪਹਿਲੀ ਵਾਰ ਵੇਖ ਰਹੀ ਹੈ। ਹਵੇਲੀ ਦੀ ਬਣਾਵਟ ਸਜਾਵਟ ਉਹਨੂੰ ਕੁਝ ਉਪਰੀ ਉਪਰੀ ਲੱਗ ਰਹੀ ਸੀ। ਕਨੀਜ਼ਾ ਨੂੰ ਖਿਆਲ ਆਇਆ, ਅੱਜ ਹਵੇਲੀ ਇੰਝ ਦੀ ਕਿਉਂ ਲੱਗ ਰਹੀ ਹੈ? ਇਹੀ ਸੋਚਦੀ ਵਿਚਾਰਦੀ ਉਹ ਛੱਤ 'ਤੇ ਚਲੀ ਗਈ ਅਤੇ ਉਸ ਤੋਂ ਅੱਗੇ ਚੁਬਾਰੇ ਦੀ ਛੱਤ ਉੱਤੇ ਜਾ ਖਲੋਤੀ। ਸਾਰੇ ਪਿੰਡ ਵੱਲ ਉਸ ਧਿਆਨ ਮਾਰਿਆ, ਇੰਝ ਲੱਗ ਰਿਹਾ ਸੀ ਜਿਵੇਂ ਪਿੰਡ ਦੇ ਨੀਵੇਂ ਕੋਠੇ ਉੱਚੇ ਹੋ ਰਹੇ ਨੇ ਅਤੇ ਘੁੰਮ ਰਹੇ ਨੇ, ਅੱਗੇ ਪਿੱਛੇ ਹੋ ਕੇ ਹੋਰ ਤਰਤੀਬ ਲੈ ਰਹੇ ਨੇ। ਕਨੀਜ਼ਾ ਨੂੰ ਜਿਵੇਂ ਚੱਕਰ ਆ ਰਹੇ ਨੇ। ਉਸ ਆਪਣੇ ਸਿਰ ਨੂੰ ਦੋ ਝਟਕੇ ਦਿੱਤੇ, ਸਿਰ 'ਚ ਮੁੱਕੇ ਮਾਰੇ, ਸੋਚਣ ਲੱਗ ਪਈ ਇਹ ਮੈਨੂੰ ਕੀ ਹੋ ਰਿਹਾ? ਕਦੇ ਮਕਾਨ ਘੁੰਮਦੇ ਨਜ਼ਰ ਆਉਂਦੇ ਨੇ, ਕਦੇ ਉੱਚੇ ਹੋ ਰਹੇ ਨੇ, ਇਹ ਮਾਮਲਾ ਕੀ ਹੈ? ਮੇਰੇ ਦਿਮਾਗ 'ਚ ਮੈਨੂੰ ਕੀ ਦੱਸਣਾ ਚਾਹੁੰਦਾ ਹੈ? ਅਚਾਨਕ ਉਹਨੂੰ ਇੰਝ ਲੱਗਾ ਜਿਵੇਂ ਬਹੁਤ ਸਾਰੇ ਲੋਕ ਹਵੇਲੀ ਵੱਲ ਜੋਸ਼ ਨਾਲ ਵਧੇ ਆ ਰਹੇ ਨੇ। ਬਹੁਤ ਵੱਡਾ ਹਜੂਮ ਹਵੇਲੀ ਨੂੰ ਆ ਕੇ ਘੇਰ ਲੈਂਦਾ, ਪਰ ਖਾਲੀ ਪਈ ਹੈ, ਕੋਈ ਇੱਕ ਜੀਵ ਵੀ ਨਜ਼ਰ ਨਹੀਂ ਆਉਂਦਾ। ਖੁਆਰੇ ਸਾਰੇ ਧਾੜ ਵੀ ਨੱਸ ਗਏ ਨੇ ਜਾਂ ਕਿਧਰੇ ਲੁੱਕ ਗਏ ਨੇ। ਕਨੀਜ਼ਾ ਆਪਣੇ ਆਪ ਨੂੰ ਫਿਰ ਵਾਚਿਆ, ਗੌਲਿਆ, ਸਿਰ ਨੂੰ ਝਟਕੇ ਦਿੱਤੇ, ਮੁੱਕੇ ਮਾਰੇ, ਸੋਚਣ ਲੱਗ ਪਈ ਹੁਣ ਮੈਨੂੰ ਜਾਗਦਿਆਂ ਵੀ ਸੁਪਨੇ ਆਉਣ ਲੱਗ ਪਏ ਨੇ, ਅਜੀਬ ਸੁਪਨੇ, ਉਹ ਵੀ ਜਾਗਦਿਆਂ। ਉਸ ਆਪਣੀ ਬਾਂਹ ਉੱਤੇ ਝੁੰਡੀ ਵੱਢ ਕੇ ਵੇਖੀ, ਉਹਨੂੰ ਯਕੀਨ ਹੋ ਗਿਆ ਉਹ ਜਾਗਦੀ ਹੈ। ਉਹ ਪ੍ਰੋਫੈਸਰ ਆਬਦੀ ਨੂੰ ਵਾਰਦਾਤ ਬਾਰੇ ਦੱਸਣਾ ਚਾਹੁੰਦੀ ਸੀ। ਮੋਬਾਈਲ ਉੱਤੇ ਨੰਬਰ ਮਿਲਾਇਆ ਅਤੇ ਫੋਨ ਨੰਬਰ ਬੁਸ਼ਰਾ ਨੂੰ ਜਾ ਮਿਲਿਆ। ਅੱਗੋਂ ਹਬੀਬ ਫੋਨ ਉੱਤੇ ਹੈਲੋ ਕੀਤੀ ਅਤੇ ਆਵਾਜ਼ ਪਛਾਣ ਕੇ ਕਨੀਜ਼ਾ ਨੂੰ ਖੁਸ਼ੀ ਹੋਈ। ਜਵਾਬ ਦੀ ਆਖਿਆ, ਤੂੰ ਕੈਸੇ ਹਬੀਬ? ਮੈਂ ਤਾਂ ਬਸ ਜੀ ਰਹੀ ਹਾਂ। ਚੰਗਾ ਨਹੀਂ ਕੀਤਾ ਤੂੰ ਹਬੀਬ। ਅਜੇ ਕਨੀਜ਼ਾ ਹੋਰ ਵੀ ਕੁਝ ਆਖਣਾ ਸੁਣਨਾ ਚਾਹੁੰਦੀ ਸੀ ਕਿ ਪਿੱਛੋਂ ਨੰਬਰਦਾਰ ਵਾਜਿਦ ਆ ਕੇ ਕਨੀਜ਼ਾ ਦੇ ਹੱਥੋਂ ਫੋਨ ਫੜ ਲਿਆ ਅਤੇ ਕਨੀਜ਼ਾ ਨੂੰ ਗੁੱਸੇ ਨਾਲ ਵੇਖਿਆ। ਕਨੀਜ਼ਾ ਭਰਾ ਦੇ ਸਾਹਮਣੇ ਨਾ ਡਰੀ ਨਾ ਝਿਜਕੀ, ਸਗੋਂ ਨਫ਼ਰਤ ਨਾਲ ਵਾਜਿਦ ਨੂੰ ਵੇਖਿਆ। ਅਚਾਨਕ ਫੋਨ ਬੰਦ ਹੋਣ ਉੱਤੇ ਕੋਲ ਬੈਠੀ ਬੁਸ਼ਰਾ ਨੇ ਦੱਸਿਆ, ਕਨੀਜ਼ਾ ਦੀ ਫੋਨ ਸੀ, ਅਚਾਨਕ ਬੰਦ ਹੋ ਗਿਆ। ਬੁਸ਼ਰਾ ਫੋਨ ਲੈ ਕੇ ਛੇਤੀ ਨਾਲ ਵਾਪਸ ਫੋਨ ਕੀਤਾ, ਪਰ ਫੋਨ ਬੰਦ ਮਿਲਦਾ ਸੀ। ਬੁਸ਼ਰਾ ਫਿਕਰਮੰਦੀ ਨਾਲ ਹਬੀਬ ਵੱਲ ਵੇਖਿਆ ਅਤੇ ਆਖਿਆ, ਹਬੀਬ, ਕਨੀਜ਼ਾ ਲਈ ਮੁਸ਼ਕਲਾਂ ਵੱਧ ਗਈਆਂ ਲੱਗਦੀਆਂ ਨੇ। ਰਾਤੋ ਰਾਤ ਨੰਬਰਦਾਰ ਦੇ ਰਿਸ਼ਤੇਦਾਰਾਂ ਅਤੇ ਤਲਕਦਾਰਾਂ ਨੂੰ ਖ਼ਬਰਾਂ ਪੜ ਗਈਆਂ ਕਿ ਕਨੀਜ਼ਾ ਕੋਠੇ ਤੋਂ ਡਿੱਗ ਕੇ ਮਰ ਗਈ ਹੈ। ਉਹਨੂੰ ਨੀਂਦਰ 'ਚ ਟੁਰਨ ਦੀ ਆਦਤ ਸੀ ਅਤੇ ਦਿਨ ਚੜ੍ਹੇ ਨੂੰ ਜੂਹ 'ਚ ਕਨੀਜ਼ਾ ਦੀ ਮੌਤ ਦੀ ਕਾਵਾਂ ਰੌਲੀ ਪੈ ਗਈ। ਸੁਣਨ ਵਾਲੇ ਹਰ ਜੀ ਨੂੰ ਕਨੀਜ਼ਾ ਦੀ ਮੌਤ ਦਾ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਕਿ ਕਨੀਜ਼ਾ ਚੁਬਾਰੇ ਤੀਕ ਰੱਪੜੀ ਕਿੰਝ, ਹਵੇਲੀ ਦੇ ਅੰਦਰ ਸਵਾਲੀਆਂ ਵਾਸਤੇ ਅਤੇ ਬਾਹਰ ਇੱਕ ਹੋਰ ਵਿਹੜੇ 'ਚ ਮਰਦਾਂ ਵਾਸਤੇ ਫੁੜੀ ਵਿੱਚ ਗਈ। ਦੂਰ ਨੇੜੇ ਦੇ ਰਿਸ਼ਤੇਦਾਰ ਸੱਜਣ ਅਤੇ ਜਾਣਨ ਵਾਲੇ ਆ ਬੈਠ ਗਏ। ਇੱਕ ਕਾਰ ਧੂੜ ਉਡਾਉਂਦੀ ਤੇਜ਼ੀ ਨਾਲ ਵਾਜਿਦ ਨੰਬਰਦਾਰ ਦੇ ਪਿੰਡ ਵੱਲ ਵੱਧ ਰਹੀ ਸੀ। ਕਾਰ 'ਚ ਕੂਕਣੇ, ਬੁਸ਼ਰਾ, ਕਾਸਿਮ, ਹਬੀਬ ਅਤੇ ਸੇਠ ਰਹਿਮਾਨ ਬੈਠੇ ਬੜੇ ਸੰਜੀਦਾ ਅਤੇ ਉਦਾਸ ਲੱਗ ਰਹੇ ਸਨ। ਮਰਦਾਂ ਵਾਲੀ ਫੁੜੀ ਸਾਹਮਣੇ ਕਾਸਿਮ ਕਾਰ ਨੂੰ ਆਣ ਬ੍ਰੇਕ ਲਾਈ ਅਤੇ ਫੁਰਤੀ ਨਾਲ ਉੱਤਰ ਕੇ ਪਿਛਲਾ ਦਰਵਾਜ਼ਾ ਖੋਲ੍ਹ ਕੇ ਪਹਿਲੇ ਕੂਕਣੇ ਅਤੇ ਸੇਠ ਰਹਿਮਾਨ ਨੂੰ ਉਤਾਰਿਆ, ਫਿਰ ਬੁਸ਼ਰਾ ਇੱਕ ਅਦਾ ਨਾਲ ਕਾਰ 'ਚ ਉਤਰੇ। ਫੁੜੀ 'ਤੇ ਬੈਠੇ ਸਾਰੇ ਮਰਦਾਂ ਜਵਾਨਾਂ ਦੀ ਨਜ਼ਰ ਬੁਸ਼ਰਾ ਦੇ ਹੁਸਨ 'ਤੇ ਟਿਕੀ ਰਹੀ ਸੀ। ਬੁਸ਼ਰਾ ਨੂੰ ਵੇਖ ਕੇ ਨੰਬਰਦਾਰ ਦੇ ਚਿਹਰੇ ਉੱਤੇ ਖੁਸ਼ੀ ਦੀ ਲਹਿਰ ਉੱਭਰੀ। ਉਸ ਪ੍ਰਾਹੁਣਿਆਂ ਦਾ ਖਿਆਲ ਕਰਕੇ ਆਪਣਾ ਮੂੰਹ ਫਿਰ ਅਫਸਰ ਦਾ ਬਣਾ ਲਿਆ। ਹਬੀਬ ਅਗਲੀ ਸੀਟ ਉੱਤੇ ਕਾਸਿਮ ਨਾਲ ਬੈਠਾ ਸੀ, ਬਾਅਦ 'ਚ ਉਹ ਵੀ ਉੱਤਰ ਆਇਆ। ਕਾਸਿਮ ਕਾਰ ਪਿੱਛੇ ਨੂੰ ਲੈ ਗਿਆ। ਬੁਸ਼ਰਾ ਅਤੇ ਹਬੀਬ ਦੋਵੇਂ ਭੈਣ ਭਰਾ ਕੋਈ ਗੱਲ ਲਈ ਕੋਲ ਹੋਏ ਤਾਂ ਵਾਜਿਦ ਨੰਬਰਦਾਰ ਦੋਵਾਂ ਭੈਣ ਭਰਾ ਦੀ ਜਵਾਨੀ, ਸੁਪਨ ਅਤੇ ਹੁਸਨ ਵੇਖ ਕੇ ਅੰਦਰ ਪਛਤਾਵੇ ਦਾ ਪਰਛਾਵਾਂ ਉਹਦੇ ਚਿਹਰੇ 'ਤੇ ਉੱਕਰਿਆ। ਅੰਦਰੋਂ ਇੱਕ ਆਵਾਜ਼ ਆਈ, ਵੇਖ ਨੰਬਰਦਾਰਾ, ਫੂੜੀ ਬੈਠੇ ਲੋਕਾਂ 'ਚ ਐਸਾ ਕੋਈ ਨਹੀਂ ਜੋ ਇਹਨਾਂ ਭੈਣਾਂ ਭਰਾ ਦੇ ਰੰਗ ਰੂਪ ਅਤੇ ਮਾਸੂਮੀਅਤ ਵਰਗਾ
ਬੁਸ਼ਰਾ ਰੂਪ ਦੀ ਰਾਣੀ ਹੈ ਤੇ ਭਰਾ ਹਬੀਬ ਕਿਸੇ ਰਾਜੇ ਨਾਲੋਂ ਘੱਟ ਨਹੀਂ। ਹਬੀਬ ਨੂੰ ਵੇਖ ਕੇ ਕੋਈ ਸ਼ਹਿਜ਼ਾਦੀ ਵੀ ਰੀਝ ਸਕਦੀ ਸੀ। ਤੇਰੀ ਭੈਣ ਤੇ ਫਿਰ ਇਸੇ ਜੂਹ ਦੀ ਜੰਮੀ ਪਲੀ ਸੀ, ਪਰ ਹੁਣ ਕੀ ਹੋ ਸਕਦਾ ਹੈ? ਨੰਬਰਦਾਰ ਦੀਆਂ ਅੱਖਾਂ 'ਚ ਨਮੋਸ਼ੀ ਤੇ ਪਛਤਾਵੇ ਦੀ ਨਮੀ ਆ ਗਈ। ਬੁਸ਼ਰਾ ਤੇ ਕੂਕੜੇ ਅੱਗੇ ਹਵੇਲੀ ਵੱਲ ਵੱਧ ਗਈਆਂ। ਵਾਜਿਦ ਨੰਬਰਦਾਰ ਕੋਲ ਹਬੀਬ ਤੇ ਸੇਠ ਰਹਿਮਾਨ ਜਾ ਕੇ ਅਫਸੋਸ ਕੀਤਾ। ਵਾਜਿਦ ਨੰਬਰਦਾਰ ਉੱਠ ਕੇ ਸੇਠ ਰਹਿਮਾਨ ਨੂੰ ਗਲੇ ਮਿਲਿਆ ਤੇ ਹਬੀਬ ਨੂੰ ਵੀ ਘੁੱਟ ਕੇ ਜੱਫੀ ਪਾਉਂਦਿਆਂ ਵਾਜਿਦ ਨੰਬਰਦਾਰ ਦੇ ਅੱਥਰੂ ਵਗ ਟੁਰੇ ਸਨ। ਨੰਬਰਦਾਰ ਮੂੰਹੋਂ ਬਸ ਇੰਨਾ ਹੀ ਨਿਕਲਿਆ, ਰੱਬ ਦੀ ਮਰਜ਼ੀ ਜੀ ਆਖ ਕੇ ਹਬੀਬ ਵੀ ਨਾਲ ਹੀ ਬਹਿ ਗਿਆ। ਹਿਰਖ ਗੱਲਾਂ ਹੋਈਆਂ ਮਗਰੋਂ ਕਾਸਿਮ ਵੀ ਆ ਕੇ ਬਹਿ ਗਿਆ ਤੇ ਕੁਝ ਚਿਰ ਪਿੱਛੇ ਇੱਕ ਮੁਲਾਜ਼ਮ ਆ ਕੇ ਹਬੀਬ ਨੂੰ ਕੰਨ 'ਚ ਕੁਝ ਆਖਿਆ। ਉੱਠ ਕੇ ਟੁਰ ਪਿਆ। ਹਬੀਬ ਦੇ ਉੱਠਣ ਨਾਲ ਵਾਜਿਦ ਨੰਬਰਦਾਰ ਨੂੰ ਕਦਰੇ ਫਿਕਰ ਹੋਏ, ਪਰ ਹਬੀਬ ਦਾ ਬਾਂਕਪਣ ਵਾਜਿਦ ਨੂੰ ਫਿਰ ਹੋਰ ਪਛਤਾਵੇ ਦਾ ਤਾਅ ਦੇ ਗਿਆ। ਉਸ ਫਿਰ ਸੋਚਿਆ, ਜੇ ਕਨੀਜ਼ਾ ਦੀ ਮਰਜ਼ੀ ਮੰਨ ਲੈਂਦਾ ਤਾਂ ਹੋ ਸਕਦਾ ਸੀ ਬੁਸ਼ਰਾ ਤੀਕ ਮੇਰੇ ਦਿਲ ਦੀ ਸੱਧਰ ਅੱਪੜ ਜਾਂਦੀ। ਹਵੇਲੀ ਦਾ ਮੁਲਾਜ਼ਮ ਹਬੀਬ ਨੂੰ ਹਵੇਲੀ ਲੈ ਗਿਆ, ਜਿੱਥੇ ਕੂਕਣੇ ਮਲੂਕਾਂ ਬੁਸ਼ਰਾ ਮਿੱਤਰਾ ਪਰਵੀਨ ਤੇ ਹੋਰ ਬਸਤੀ ਦੀਆਂ ਸਵਾਣੀਆਂ ਵੀ ਸੋਗ ਕਰਨ ਆਈਆਂ ਸਨ। ਹਬੀਬ ਹੱਥ ਨਾਲ ਮੱਥੇ ਉੱਤੇ ਸਲਾਮ ਜਾ ਕੀਤਾ ਤੇ ਕਨੀਜ਼ਾ ਦੀ ਮਾਂ ਬੜੀ ਗੌਰ ਨਾਲ ਵੇਖਦੀ ਰਹੀ। ਹਬੀਬ ਝੁੱਕ ਕੇ ਜਾ ਕੇ ਨੰਬਰਦਾਰਨੀ ਨੂੰ ਸਲਾਮ ਕੀਤਾ ਤੇ ਆਖਿਆ, ਹੁਣ ਹੀ ਅੱਗੇ ਕਿਸੇ ਦਾ ਵੀ ਨਹੀਂ ਚੱਲਦਾ ਅੰਮਾ ਜੀ। ਅਥਰੂ ਕੇਰਦੀ ਨੰਬਰਦਾਰਨੀ ਪਿਆਰ ਨਾਲ ਹਬੀਬ ਦੇ ਸਿਰ ਉੱਤੇ ਹੱਥ ਫੇਰਦਿਆਂ ਕੁੱਕੜੇ ਨੂੰ ਆਖਿਆ, ਖੁਦਾ ਤੇਰੇ ਹਬੀਬ ਨੂੰ ਹਯਾਤੀ ਦੇਵੇ। ਕੁੱਕੜੇ ਭਾਗਾਂ ਵਾਲੀਏ, ਤੂੰ ਜੁਗ ਜੁਗ ਜਵਾਨੀਆਂ ਮਾਣੇ ਤੇਰਾ ਪੁੱਤਰ। ਮੈਂ ਤੇ ਇਹਨੂੰ ਛੋਟੇ ਨੂੰ ਵੇਖਿਆ ਸੀ ਜਦੋਂ ਤੂੰ ਇੱਥੇ ਰਹਿੰਦੀ ਸੈਂ ਤੇ ਤੇਰੇ ਨਾਲ ਹਵੇਲੀ ਆ ਜਾਇਆ ਕਰਦਾ ਸੀ, ਮੁੜ ਤੂੰ ਇਹਨੂੰ ਲੈ ਕੇ ਹੀ ਨਹੀਂ ਆਈ। ਨੰਬਰਦਾਰ ਨੇ ਛੋਟੀ ਜਿਹੀ ਸ਼ਿਕਾਇਤ ਕੀਤੀ ਤੇ ਆਪਦੇ ਵਗਦੇ ਅੱਥਰੂ ਪੁੰਜੇ। ਕੁੱਕੜੇ ਨੰਬਰਦਾਰਨੀ ਦੇ ਗਿਲੇ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਆਖਿਆ, ਖੁਦਾ ਕਿਸੇ ਨੂੰ ਔਲਾਦ ਵੱਲੋਂ ਦੁਖੀ ਨਾ ਕਰੇ ਨੰਬਰਦਾਰਨੀ। ਫੁੜੀ ਬੈਠੀਆਂ ਸਾਰੀਆਂ ਸਵਾਣੀਆਂ ਆਮੀਨ ਬੋਲਿਆ। ਹਬੀਬ ਚੁੱਪ ਕੀਤੀ ਨੀਵੀਂ ਪਾਈ ਉੱਥੇ ਨੰਬਰਦਾਰਨੀ ਕੋਲ ਬੈਠਾ ਸੋਚ ਰਿਹਾ ਸੀ ਕਿ ਨੰਬਰਦਾਰਨੀ ਮੈਨੂੰ ਬੁਲਾਇਆ ਕਿਉਂ ਏ? ਨੰਬਰਦਾਰਨੀ ਦਾ ਕੀ ਮਕਸਦ ਹੋ ਸਕਦਾ? ਬੱਕਰਵਾਲ ਨਾਲ ਇਹਨਾਂ ਮੂੰਹ ਵਿਖਾਉਣ ਦਾ ਕੀ ਮਤਲਬ? ਹਾਨੀ ਤੇ ਬੁਸ਼ਰਾ ਸਮਝ ਰਹੀਆਂ ਸਨ ਕਿ ਨੰਬਰਦਾਰਨੀ ਆਪਣੀ ਮੋਈ ਧੀ ਦੀ ਪਸੰਦ ਨੂੰ ਵੇਖਣਾ ਚਾਹੁੰਦੀ ਏ ਤੇ ਜਦੋਂ ਉਹਨੂੰ ਕਨੀਜ਼ਾ ਨਾਲ ਆਪਣੇ ਮੂੰਹ ਦਾ ਵਿਖਾਲਾ ਵੀ ਕਰ ਦਿੱਤਾ, ਮਾਲੂਮ ਹੁੰਦਾ ਸੀ ਕਿ ਨੰਬਰਦਾਰਨੀ ਹਬੀਬ ਨਾਲ ਦਿਲੋਂ ਮੋਹ ਕਰ ਰਹੀ ਏ। ਖਾਲੀ ਵਿਖਾਲਾ ਨਹੀਂ, ਬਾਰ ਬਾਰ ਹਬੀਬ ਵੱਲ ਵੇਖਦੀ ਤੇ ਸਾਹ ਭਰਦੀ ਸੀ। ਮਾਂ ਦੇ ਸੀਨੇ 'ਚ ਧੀ ਵਾਸਤੇ ਇੱਕ ਮੁਹੱਬਤ ਦਾ ਖਾਸ ਜਜ਼ਬਾ ਹੁੰਦਾ ਹੈ ਜਿਹੜਾ ਹੁਣ ਨੰਬਰਦਾਰਨੀ ਦੇ ਹਿਰਦੇ 'ਚੋਂ ਫੁੱਟ ਰਿਹਾ ਸੀ। ਨੀਵੀਆਂ ਨੀਵੀਆਂ ਸਿਸਕੀਆਂ ਨਾਲ ਵੈਣ ਕਰ ਰਹੀ ਸੀ, ਹਾਏ ਮੇਰੀ ਮਾਸੂਮ ਕਨੀਜ਼ਾ, ਅਜੇ ਦੁਨੀਆਂ ਦਾ ਵੇਖਿਆ ਹੀ ਕੀ ਸੀ, ਬੇਵਕਤ ਮੈਨੂੰ ਛੱਡ ਕੇ ਟੁਰ ਗਈ। ਨੰਬਰਦਾਰਨੀ ਦੇ ਵੈਣ ਦਿਲ ਨੂੰ ਚੀਰਦੇ ਸਨ। ਸੁਣਨ ਵਾਲੇ ਦੀ ਅੱਖ ਵੀ ਸੁੱਕੀ ਨਾ ਰਹਿ ਸਕੀ ਤੇ ਹਬੀਬ ਦੀਆਂ ਅੱਖਾਂ 'ਚ ਵੀ ਨਮੀ ਆ ਗਈ। ਉਸ ਰੁਮਾਲ ਨਾਲ ਆਪਣੇ ਅੱਥਰੂ ਸਾਫ਼ ਕੀਤੇ ਤੇ ਨੰਬਰਦਾਰਨੀ ਰੋਂਦੀ ਇੰਝ ਆਖਿਆ ਜਿਵੇਂ ਤਰਲਾ ਵੀ ਕਰਦੀ ਏ, ਆਪਣੇ ਅੱਥਰੂ ਰੋਕ ਲੈ ਹਬੀਬ, ਮੇਰੀ ਕਨੀਜ਼ਾ ਆਖਿਆ ਕਰਦੀ ਸੀ, ਇੱਥੇ ਧਾੜਵੀ ਨਸਲ ਹਰ ਪਾਸੇ ਖਿਲਰੀ ਹੋਈ ਏ ਜਿਹੜੇ ਕਿਸੇ ਨੂੰ ਨਾ ਜਿਉਣ ਦਿੰਦੀ ਏ ਨਾ ਰੋਣ ਦੀ ਇਜਾਜ਼ਤ ਦਿੰਦੀ ਏ। ਇੱਕ ਵਾਰ ਨੰਬਰਦਾਰਨੀ ਫਿਰ ਹਬੀਬ ਨੂੰ ਸਿਰ ਉੱਤੇ ਪਿਆਰ ਦਾ ਹੱਥ ਫੇਰਿਆ। ਨੰਬਰਦਾਰਨੀ ਦੀ ਚੇਤਾਵਨੀ ਵੀ ਬੁਸ਼ਰਾ ਨੂੰ ਸਮਝ ਆ ਗਈ। ਉਸ ਮਾਂ ਨੂੰ ਇਸ਼ਾਰਾ ਕੀਤਾ, ਚੱਲੀਏ ਹੁਣ ਧੀ ਦੀ ਮੌਤ ਦੇ ਗਮ 'ਚ ਨੰਬਰਦਾਰਨੀ ਕੁਝ ਅਜਿਹਾ ਨਾ ਬੋਲ ਜਾਏ ਜਿਹਦੇ 'ਚ ਹਬੀਬ ਕਿਸੇ ਮੁਸ਼ਕਲ 'ਚ ਫਸ ਜਾਏ। ਕੁੱਕਣਾ ਵੀ ਬੁਸ਼ਰਾ ਦਾ ਇਸ਼ਾਰਾ ਸਮਝ ਗਈ ਤੇ ਨੰਬਰਦਾਰਨੀ ਨੂੰ ਆਖਿਆ, ਨੰਬਰਦਾਰਨੀ ਜੀ, ਖੁਦਾ ਤੈਨੂੰ ਇਹ ਦੁੱਖ ਜਰ ਜਾਣ ਦੀ ਹਿੰਮਤ ਤੇ ਸਬਰ ਦੇਵੇ, ਮੈਨੂੰ ਹੁਣ ਇਜਾਜ਼ਤ ਦੇ। ਬੁਸ਼ਰਾ ਹਬੀਬ ਦੇ ਕੁੱਕਣੇ ਜਦੋਂ ਉੱਠੇ ਤਾਂ ਬਸਤੀ ਤੋਂ ਆਈਆਂ ਸਾਰੀਆਂ ਸਵਾਣੀਆਂ ਵੀ ਉੱਠ ਖਲੋਤੀਆਂ। ਬੁਸ਼ਰਾ ਦੇ ਮਗਰ ਮਗਰ ਪਾਲ ਬਣਾ ਕੇ ਇੰਝ ਟੁਰ ਪਈਆਂ ਜਿਵੇਂ ਕੋਈ ਲਸ਼ਕਰ ਆਪਣੇ ਰਹਿਨੁਮਾ ਦੇ ਪਿੱਛੇ ਪਿੱਛੇ ਜਾ ਰਿਹਾ ਹੋਵੇ। ਗਲੀ ਵਿੱਚੋਂ ਇਹ ਪਾਲ ਜਾਂਦੀ ਤੋ ਨੰਬਰਦਾਰ ਵਾਜਿਦ ਬੜੀ ਹੈਰਾਨੀ ਤੇ ਹਸਰਤ ਨਾਲ ਵੇਖਦਾ ਰਿਹਾ। ਹਬੀਬ ਜਾਂਦੇ ਜਾਂਦੇ ਪਰਤ ਕੇ ਇੱਕ ਨਜ਼ਰ ਹਵੇਲੀ ਵੱਲ ਮਾਰੀ ਤੇ ਫਿਰ ਸਿਰ ਨੂੰ ਝਟਕ ਕੇ ਅੱਥਰੂ ਪੂੰਝਦਾ ਕੂਕਣੇ ਦੇ ਨਾਲ ਟੁਰ ਪਿਆ। ਧੰਨਵਾਦ। ਸਮਾਪਤ।